ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸੈਨਿਕ ਅਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਅਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਇਸ ਟਾਈਮ ਅਪਡੇਟ ਅਮਰੀਕਾ ਹਰਜੋਤ ਸਿੰਘ ਜੀ ਆਏ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ। ਧੰਨਵਾਦ ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ 1450 AM ਜੁੱਬਾ ਸਿਟੀ 96.5 FM ਜੁੱਬਾ ਸਿਟੀ 1470 AM ਸੈਕਰਾਮੈਂਟੋ ਇਸੇ ਤਰ੍ਹਾਂ 1300 AM ਫਰਿਜ਼ਨੋ 104.5 FM ਫਰਿਜ਼ਨੋ ਅਤੇ 1350 AM ਬੇਕਰਸਫੀਲਡ 107.5 FM ਬੇਕਰਸਫੀਲਡ ਨਾਲ ਦੀ ਨਾਲ ਘਰਾਂ ਦੇ ਵਿੱਚ ਰੇਡੀਓ ਸੈੱਟਸ ਦੇ ਉੱਤੇ ਜਿੰਨੇ ਵੀ ਸਰੋਤੇ ਤੁਸੀਂ ਸੁਣ ਰਹੇ ਹੋ ਸੈਨੋਜ਼ੇ ਬਰਕਲੇ ਟਰੇਸੀ ਸਟੋਕਟਨ ਮੋਡੈਸਟੋ ਅਤੇ ਮਰਸਡ ਆਈਫੋਨ ਅਤੇ ਐਂਡਰਾਇਡ ਦੀ ਐਪਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ 'ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਸਰੋਤਿਓ। ਅੱਜ ਨਵੰਬਰ ਦੀ 16 ਤਰੀਕ ਆ ਅਤੇ ਦਿਨ ਜਿਹੜਾ ਉਹ ਸ਼ਨਿਚਰਵਾਰ ਦਾ ਅਤੇ ਅੱਜ ਸਾਡਾ ਜਿਹੜਾ ਸਪੈਸ਼ਲ ਪ੍ਰੋਗਰਾਮ ਆ ਉਹ US ਦੇ ਵਿੱਚ ਇਮੀਗ੍ਰੇਸ਼ਨ ਦੇ ਮੁੱਦਿਆਂ ਨੂੰ ਲੈ ਕੇ ਹੁੰਦਾ ਆ। ਜੀ ਜੀ ਬਿਲਕੁਲ। ਅਤੇ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਹਿਯੋਗੀ ਸਪੋਂਸਰਸ ਉਹਨਾਂ ਦਾ ਧੰਨਵਾਦ ਕਰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਹਨਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ 408-272-2500। ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ ਕਲੋਵਿਸ, ਅਮਰਜੀਤ ਸਿੰਘ ਸਟੋਕਟਨ, ਸੁੱਚਾ ਸਿੰਘ ਸ਼੍ਰੀ ਮਾਛੀਵਾੜਾ ਸਾਹਿਬ ਫਰੈਜ਼ਨੋ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ ਯੂਬਾ ਸਿਟੀ, ਗੁਰਮੀਤ ਸਿੰਘ ਗਿੱਲ ਕਲੋਵਿਸ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਬਲਰਾਜ ਸਿੰਘ ਬਰਾੜ ਸ਼੍ਰੀ ਗੰਗਾਨਗਰ, ਬੁੱਲਾ ਸਿੰਘ ਰਾਣਾ ਯੂਬਾ ਸਿਟੀ, ਹਰਜੀਤ ਸਿੰਘ ਲਿਵਰਮੋਰ, ਕਰਮਜੀਤ ਸਿੰਘ ਟਰਲੋਕ, ਅਵਤਾਰ ਸਿੱਧੂ, ਰਮਿੰਦਰ ਬਸਰਾ, ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ, ਮੇਜਰ ਸਿੰਘ ਸਿੱਧੂ, ਸਤਨਾਮ ਸਿੰਘ ਧਾਲੀਵਾਲ, ਸੁੱਖਾ ਸਿੰਘ ਆਖਲ ਬੇਕਰਸਫੀਲਡ, ਬਿੰਦਰ ਧਾਲੀਵਾਲ ਬੇਕਰਸਫੀਲਡ, ਇਹਨਾਂ ਸਭਨਾਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ ਨੰਬਰ 408-728-7698 4087227698 ਦੇ ਉੱਤੇ। ਜੀ, ਅਤੇ ਅੱਜ ਦੀਆਂ ਖਬਰਾਂ ਵੱਲ ਆਈਏ। ਜਿਹੜੀਆਂ ਕੁਛ ਕੁ ਆਪਾਂ ਜਿਹੜੀਆਂ ਮੇਨ ਖਬਰਾਂ ਆ ਉਹ ਕਵਰ ਕਰਾਂਗੇ, ਉਸ ਤੋਂ ਬਾਅਦ ਫਿਰ ਆਪਾਂ ਇਮੀਗ੍ਰੇਸ਼ਨ ਦੇ ਨਾਲ ਰਿਲੇਟਡ ਜਿਹੜੀਆਂ ਖਬਰਾਂ ਉਹ ਸਾਂਝੀਆਂ ਕਰਦੇ ਹਾਂ। ਸਭ ਤੋਂ ਪਹਿਲੀ ਖਬਰ ਜਿਹੜੀ ਆ ਰਹੀ ਆ ਕੈਲੀਫੋਰਨੀਆ ਦੇ ਵਿੱਚ, ਜਿਹੜੇ ਇੱਕ ਮੁੰਡੇ ਨੇ 16 ਸਾਲਾਂ ਦੇ ਨੇ, ਏਸ਼ੀਅਨ ਮੂਲ ਦਾ ਸੀ, ਜਿਸਨੇ ਗੋਲੀਆਂ ਚਲਾ ਦਿੱਤੀਆਂ ਸੀ, ਜਿਹਦੇ ਨਾਲ ਦੋ ਹੋਰ ਬੱਚਿਆਂ ਦੀ ਮੌਤ ਹੋ ਗਈ ਸੀ ਹਾਈ ਸਕੂਲ ਦੇ ਵਿੱਚ, ਉਹਦੀ ਖੁਦ ਵੀ ਹੁਣ ਜਿਹੜੀ ਆ ਮੌਤ ਹੋ ਗਈ ਹੈਗੀ ਆ। ਜੀ ਬਿਲਕੁਲ। ਉਹਨੇ ਸੈਲਫ ਇਨਫਲਿਕਟਿਡ ਜਿਹੜਾ ਆ ਉਹਨੇ ਵੀ ਮਿਲਾ ਦਾ ਆਪਣੇ ਆਪ ਨੂੰ ਜਿਹੜੀ ਉਹ ਮਾਰੀ ਸੀਗੀ। ਸੋ ਹੁਣ ਅਜੇ ਵੀ ਜਿਹੜੇ ਪੁਲਿਸ ਵਾਲੇ ਇਸ ਜਾਂਚ ਦੇ ਵਿੱਚ ਲੱਗੇ ਹੋਏ ਨੇ ਵੀ ਇਸ ਦੇ ਪਿੱਛੇ ਇਸਦਾ ਮੋਟਿਵ ਜਿਹੜਾ ਉਹ ਕੀ ਰਿਹਾ ਹੋ ਸਕਦਾ ਹੈਗਾ ਆ। ਸੋ ਉਸਦੀ ਜਿਹੜੀ ਜਾਂਚ ਆ ਉਹ ਚੱਲ ਰਹੀ ਆ। 16 ਸਾਲ ਦੇ ਨੇ ਜਿਹੜੀਆਂ ਇਹ ਗੋਲੀਆਂ ਚਲਾਈਆਂ, ਇੱਕ 16 ਸਾਲ ਦੀ ਲੜਕੀ ਅਤੇ ਇੱਕ 14 ਸਾਲ ਦਾ ਮੁੰਡਾ ਜਿਹੜਾ ਆ ਉਸਦੀ ਇਸ ਹਮਲੇ ਦੇ ਵਿੱਚ ਜਿਹੜੀ ਉਹ ਮੌਤ ਹੋਈ ਆ। ਬੇਦੋਸ਼ੇ ਜਿਹੜੇ ਵਿਦਿਆਰਥੀ ਆ ਉਸ ਸਕੂਲ ਦੇ ਵਿੱਚ ਸੈਂਟਰਲ ਕਲਰੀਟਾ ਕਾਉਂਟੀ ਦੇ ਵਿੱਚ ਜਿਹੜੇ ਪੜ੍ਹਦੇ ਸੀਗੇ ਉਸ ਹਾਈ ਸਕੂਲ ਦੇ ਵਿੱਚ, ਉੱਥੇ ਜਿਹੜੀਆਂ ਇਹ ਮੌਤਾਂ ਹੋਈਆਂ ਆ। ਇਹ ਬਹੁਤ ਹੀ ਇੱਕ ਗ੍ਰਿਮ ਜਿਹੜੀ ਇਹ ਨਿਊਜ਼ ਹੁੰਦੀ ਆ ਵੀ ਇੱਦਾਂ ਦੀ ਜਦੋਂ ਘਟਨਾ ਵਾਪਰਦੀ ਆ। ਮਾਪੇ ਪੜ੍ਹਨ ਦੇ ਲਈ ਕੁਛ ਸਿੱਖਣ ਦੇ ਲਈ ਬੱਚਿਆਂ ਨੂੰ ਸਕੂਲਾਂ 'ਚ ਘੱਲਦੇ ਨੇ ਅਤੇ ਸਕੂਲਾਂ ਦੇ ਵਿੱਚ ਜਦ ਇਹ ਕੁਛ ਭਾਣਾ ਜਿਹੜਾ ਇਹ ਵਾਪਰਦਾ ਆ ਤਾਂ ਫਿਰ ਬਹੁਤ ਅਫਸੋਸ ਜਿਹੜਾ ਹੁੰਦਾ ਆ। ਅਤੇ ਅਫਸੋਸ ਵਾਲੀ ਗੱਲ ਉਸ ਤੋਂ ਵੱਡੀ ਇਹ ਆ ਵੀ ਅਮਰੀਕਾ ਦੇ ਵਿੱਚ ਇੱਦਾਂ ਦੀਆਂ ਘਟਨਾਵਾਂ ਜਿਹੜਾ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਜੀ, ਅਗਲੀ ਖਬਰ ਵੱਲ ਚੱਲੀਏ। ਪ੍ਰੈਜੀਡੈਂਟ ਡੋਨਲਡ ਟਰੰਪ ਨੇ ਦੋ ਆਰਮੀ ਦੇ ਅਫਸਰ ਅਤੇ ਇੱਕ ਨੇਵੀ ਸੀਲ ਐਡੀ ਗੈਲਗਰ ਜਿਹੜੇ ਆ ਜਿਹਦਾ ਰੈਂਕ ਸੀਗਾ ਚੀਫ ਪੈਟੀ ਆਫਿਸਰ, ਇਹਨਾਂ ਤਿੰਨਾਂ ਨੂੰ ਜਿਹੜਾ ਆ ਵਾਰ ਕ੍ਰਾਈਮ ਤੋਂ ਜਿਹੜੀ ਆ ਇੱਕ ਤਰ੍ਹਾਂ ਦੇ ਨਾਲ ਕਲੈਮਸੀ ਦੇ ਦਿੱਤੀ ਆ। ਉਹਨਾਂ ਦੇ ਉੱਤੇ ਵਾਰ ਕ੍ਰਾਈਮ ਜਿਹੜੇ ਚੱਲ ਰਹੇ ਸੀ ਅਤੇ ਉਹਨਾਂ ਨੂੰ ਮਾਫ਼ ਕਰ ਦਿੱਤਾ ਆ, ਅਤੇ ਬਲਕਿ ਮਾਫ਼ ਨਹੀਂ ਕੀਤਾ, ਉਹਨਾਂ ਦੀ ਜਿਹੜੀ ਪੁਜੀਸ਼ਨ ਆ ਉਹ ਵੀ ਉਸੇ ਤਰ੍ਹਾਂ ਕੰਟੀਨਿਊ ਰੱਖੀ ਹੈਗੀ ਆ। ਸਰੋਤਿਆਂ ਨੂੰ ਯਾਦ ਹੋਊਗਾ ਵੀ ਬਹੁਤ ਲੰਬਾ ਸਮਾਂ ਪਹਿਲਾਂ ਜਦੋਂ ਵਾਰ ਜਿਹੜੀ ਜੰਗ ਚੱਲ ਰਹੀ ਸੀ ਇਰਾਕ ਦੇ ਵਿੱਚ, ਅਤੇ ਜਿਹੜੇ ਇਹ ਫੌਜੀ ਸੀ ਇਹਨਾਂ ਨੇ ਕਈ ਜਿਹੜੇ ਮਰੇ ਹੋਏ ਆਈਸਿਸ ਦੇ ਫਾਈਟਰ ਸੀਗੇ ਉਹਨਾਂ ਦੇ ਨਾਲ ਜਿਹੜੀਆਂ ਫੋਟੋਆਂ ਆ ਉਹ ਖਿਚਾਈਆਂ ਸੀਗੀਆਂ, ਜੋ ਕਿ ਇੱਕ ਤਰ੍ਹਾਂ ਦੇ ਨਾਲ ਵਾਰ ਕ੍ਰਾਈਮ ਉਸਨੂੰ ਗਿਣਿਆ ਜਾਂਦਾ ਹੈਗਾ। ਜੀ ਬਿਲਕੁਲ। ਸੋ ਇਹਨਾਂ ਦੇ ਉੱਤੇ ਹਰਜੋਤ ਸਿੰਘ ਜੀ ਕੇਸ ਜਿਹੜੇ ਚੱਲ ਹੀ ਰਹੇ ਸੀ ਜਦ ਇਸ ਦੇ ਵਿੱਚ ਜਿਹੜੇ ਆ ਜਿਹੜੇ ਰਾਸ਼ਟਰਪਤੀ ਟਰੰਪ ਨੇ ਇਹਨਾਂ ਦੀ ਜਾਨ ਜਿਹੜੀ ਉਹ ਬਖਸ਼ ਦਿੱਤੀ ਆ, ਜਾਂ ਇਸ ਦੇ ਪੂਰੇ ਕੇਸਾਂ ਦੇ ਵਿੱਚੋਂ ਉਹਨਾਂ ਨੂੰ ਹੁਣ ਜਿਹੜਾ ਕੱਢ ਦਿੱਤਾ ਆ ਅਤੇ ਉਹਨਾਂ ਨੂੰ ਜਿਹੜੀ ਇੱਕ ਹਿਸਾਬ ਦੇ ਨਾਲ ਵੀ ਪੱਕੀ ਜਿਹੜੀ ਉਹ ਛੁੱਟੀ ਹੈ ਅਜਿਹੇ ਕੇਸਾਂ ਤੋਂ ਜਿਹੜੀ ਉਹ ਮਿਲ ਚੁੱਕੀ। ਇਸ ਤੋਂ ਪਹਿਲਾਂ ਵੀ ਹਰਜੋਤ ਸਿੰਘ ਜੀ
ਇੱਦਾਂ ਦੀ ਹੀ ਇੱਕ ਹੋਰ ਜਿਹੜੇ ਵਾਰ ਕ੍ਰਾਈਮ ਜਿਨ੍ਹਾਂ ਦੇ ਉੱਤੇ ਦੋਸ਼ ਸੀਗੇ, ਕੇਸ ਜਿਹੜਾ ਉਹ ਚੱਲ ਰਿਹਾ ਸੀ, ਉਹਨਾਂ ਨੂੰ ਜਿਹੜੇ ਰਾਸ਼ਟਰਪਤੀ ਟਰੰਪ ਨੇ ਇਸ ਤਰੀਕੇ ਦੇ ਨਾਲ ਕਲੇਮੈਂਸੀ ਜਿਹੜੀ ਆ ਉਹ ਦੇ ਦਿੱਤੀ ਸੀ, ਉਹਨਾਂ ਨੂੰ ਜਿਹੜਾ ਹਰ ਇੱਕ ਕਹਿ ਲਓ ਵੀ ਦੋਸ਼ ਤੋਂ ਮੁਕਤ ਆ ਉਹ ਕਰ ਦਿੱਤਾ ਸੀ, ਮੁਆਫ਼ੀ ਜਿਹੜੀ ਉਹ ਦੇ ਦਿੱਤੀ ਸੀਗੀ। ਸੋ ਇਹ ਜਿਹੜੀ ਹੁਣ ਨਾਲ ਦੇ ਨਾਲ ਦੇ ਜਿਹੜੀ ਖਬਰ ਚੱਲੀ ਹੈਗੀ ਆ। ਉਹਦੇ ਨਾਲ ਹੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਜਿਹੜੇ ਰਾਸ਼ਟਰਪਤੀ ਸਾਬਕਾ ਰਾਸ਼ਟਰਪਤੀ ਓਬਾਮਾ ਆ, ਉਹਨਾਂ ਨੇ ਜਿਹੜਾ ਬੀਤੇ ਦਿਨਾਂ ਦੇ ਵਿੱਚ ਇੱਕ ਬਿਆਨ ਦਿੱਤਾ ਹੈ, ਕਹਿੰਦੇ ਵੀ ਜਿਹੜੇ 2020 ਦੇ ਡੈਮੋਕ੍ਰੇਟ ਹੈਗੇ ਨੇ ਉਹਨਾਂ ਨੂੰ ਜਿਹੜੇ ਖਾਸ ਕਰਕੇ ਚਾਹੁੰਦੇ ਨੇ ਵੀ ਉਹ ਰਾਸ਼ਟਰਪਤੀ ਦੇ ਜਿਹੜੇ ਪਦ ਦੇ ਲਈ ਉਹ ਮੇਨ ਜਿਹੜਾ ਚਿਹਰਾ ਹੋਵੇ, ਕਹਿੰਦੇ ਵੀ ਉਹਨਾਂ ਨੂੰ ਇਹ ਦੇਖਣ ਦੀ ਜ਼ਰੂਰਤ ਆ ਵੀ ਜਿਹੜਾ ਆਮ ਅਮੈਰੀਕਨ ਆ ਉਸ ਸਿਸਟਮ ਨੂੰ ਟੀਅਰ ਡਾਊਨ ਜਿਹੜਾ ਉਹ ਨਹੀਂ ਕਰਨਾ ਚਾਹੁੰਦਾ। ਉਹਨਾਂ ਨੇ ਇੱਦਾਂ ਦਾ ਜਿਹੜੀ ਗੱਲ ਆ ਬੀਤੇ ਦਿਨਾਂ ਦੇ ਵਿੱਚ ਇਹ ਗੱਲ ਆਖੀ ਆ। ਸੋ ਕਿਤੇ ਨਾ ਕਿਤੇ ਉਹਨਾਂ ਨੇ ਬਰਨੀ ਸੈਂਡਰਸ ਅਤੇ ਐਲਿਜ਼ਾਬੈਥ ਵਾਰਨ ਜਿਹੜੇ ਕਿ ਹਾਲ ਦੀ ਘੜੀ ਹਟ ਕੇ ਅਤੇ ਵੈਰੀ ਜਿਹੜੇ ਜਿਨ੍ਹਾਂ ਦੀਆਂ ਕਹਿ ਲਓ ਵੀ ਗੱਲਾਂ ਕਾਫੀ ਪ੍ਰੋਗਰੈਸਿਵ ਆ ਡੈਮੋਕ੍ਰੇਟਸ ਦੇ ਹਿਸਾਬ ਦੇ ਨਾਲ ਵੀ, ਉਹਨਾਂ ਦਾ ਕਾਫੀ ਲੈਫਟ ਵਿੰਗ ਜਿਹੜਾ ਏਜੰਡਾ ਜਿਹੜਾ ਉਹ ਹੈਗਾ ਆ, ਉਸ ਦੇ ਉੱਤੇ ਉਹਨਾਂ ਨੇ ਸ਼ੋਟ ਲਿਆ। ਇੱਦਾਂ ਹਰਜੋਤ ਸਿੰਘ ਜੀ ਨਾਲ ਇਹ ਵੀ ਕਹਿ ਲਓ ਵੀ ਲੱਗਦਾ ਆ ਵੀ ਆਪਣੇ ਜਿਹੜੇ ਰਹੇ 8 ਸਾਲ ਦੇ ਉਹਨਾਂ ਦੇ ਸਾਥੀ ਅਤੇ ਉਪ ਰਾਸ਼ਟਰਪਤੀ ਜੋ ਬਾਇਡਨ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਗੁੱਝੀ ਤਰੀਕੇ ਦੇ ਨਾਲ ਜਿਹੜੀ ਉਹਨਾਂ ਦੀ ਮਦਦ ਜਾਂ ਉਹਨਾਂ ਦਾ ਨਾਮ ਜਿਹੜਾ ਅੱਗੇ ਲੈ ਕੇ ਆਉਣ ਦੀ ਵੀ ਉਹਨਾਂ ਦੀ ਕੋਸ਼ਿਸ਼ ਜਿਹੜੀ ਆ ਉਹ ਹੋ ਸਕਦੀ ਆ। ਬਾਕੀ ਓਵਰਆਲ ਜੇ ਦੇਖਿਆ ਜਾਵੇ ਤਾਂ ਅੱਜ ਕੱਲ੍ਹ ਪੋਲੀਟਿਕਸ ਤੋਂ ਲੋਕ ਤੰਗ ਬਹੁਤ ਹੈਗੇ ਨੇ। ਆਪਾਂ ਇਸ ਦਾ ਜਿਹੜਾ ਆ ਨਤੀਜਾ ਦੇਖਿਆ ਸੀ 2016 ਦੀਆਂ ਜਿਹੜੀਆਂ ਆ ਉਹ ਇਲੈਕਸ਼ਨ ਦੇ ਵਿੱਚ, ਜਦੋਂ ਅਸਟੈਬਲਿਸ਼ਮੈਂਟ ਦੇ ਖਿਲਾਫ ਬੋਲਣ ਵਾਲਾ ਜਿਹੜਾ ਡੋਨਲਡ ਟਰੰਪ ਆ ਉਸ ਨੂੰ ਜਿਹੜੇ ਰਿਪਬਲਿਕਨ ਵੋਟਰਸ ਅਤੇ ਜਿਹੜੇ ਇੰਡੀਪੈਂਡੈਂਟ ਵੋਟਰਸ ਆ ਉਹਨਾਂ ਨੇ ਕਾਫੀ ਭਰਵਾਂ ਜਿਹੜਾ ਹੁੰਗਾਰਾ ਦਿੱਤਾ ਅਤੇ ਉਹ ਜਿਹੜੇ ਆ ਰਾਸ਼ਟਰਪਤੀ ਦੀ ਚੋਣ ਜਿਹੜੇ ਜਿੱਤੇ ਆ ਅਤੇ ਹੁਣ 3 ਸਾਲ ਤੋਂ ਉਹ ਰਾਸ਼ਟਰਪਤੀ ਨੇ। ਅਤੇ ਆਈ ਥਿੰਕ ਡੈਮੋਕ੍ਰੇਟ ਦੇ ਜਿਹੜੇ ਦੋ ਖਾਸ ਕਰਕੇ ਬੰਦੇ ਨੇ ਬਰਨੀ ਸੈਂਡਰਸ ਅਤੇ ਐਲਿਜ਼ਾਬੈਥ ਵਾਰਨ, ਇਹ ਵੀ ਉਹੀ ਹੁਣ ਟਰਾਈ ਕਰ ਰਹੇ ਆ ਡੈਮੋਕ੍ਰੇਟ ਖੇਮੇ ਦੇ ਵਿੱਚ ਵੀ ਉਹ ਜਿਹੜੀ ਅਸਟੈਬਲਿਸ਼ਡ ਪੋਲੀਟਿਕਸ ਪੋਲਿਸੀਜ਼ ਆ ਉਹਨਾਂ ਤੋਂ ਹਟ ਕੇ ਅਤੇ ਗਾਂਹ ਜਿਹੜੀ ਅਗਾਂਹ ਵਧੂ ਜ਼ਿਆਦਾ ਇਹਨਾਂ ਦੀ ਜਿਹੜੀ ਸੋਚ ਦੇ ਨਾਲ ਉਹ ਪੋਲਿਸੀਜ਼ ਦੇ ਨਾਲ ਉਹ ਆਪਣਾ ਜਿਹੜਾ ਇੱਕ ਉੱਥੇ ਦਾਇਰਾ ਬਣਾਉਣ ਅਤੇ ਆਪਣਾ ਆਪ ਨੂੰ ਜਿਹੜਾ ਉੱਥੇ ਪੱਕਿਆਂ ਕਰਨ। ਸੋ ਇਹ ਦੇਖਣ ਵਾਲੀ ਗੱਲ ਰਹੂਗੀ ਵੀ ਜਿਹੜੇ ਡੈਮੋਕ੍ਰੇਟ ਵੋਟਰਸ ਆ ਉਹ ਇਹਨਾਂ ਸਾਰੇ ਜਾਣਿਆਂ ਦੇ ਵਿੱਚੋਂ ਜਿਹੜਾ ਆ ਕਿਸ ਨੂੰ ਚੁਣ ਕੇ ਆਉਂਦੇ ਨੇ। ਵੈਸੇ ਤਾਂ ਹਰਜੋਤ ਸਿੰਘ ਜੀ ਸਾਰੇ ਜਿਹੜੇ ਪੋਲੀਟੀਕਲ ਮਾਹਰ ਕਹਿ ਰਹੇ ਆ ਵੀ ਇਹ ਤਾਂ ਸਮਾਂ ਹੈਗਾ ਵੀ ਲੋਕ ਰੇਸ ਦੇ ਵਿੱਚੋਂ ਬਾਹਰ ਨਿਕਲ ਰਹੇ ਆ ਅਤੇ ਪਿਛਲੇ ਦਿਨਾਂ ਦੇ ਵਿੱਚ ਮੈਸਾਚੂਸੈਟ ਦੇ ਜਿਹੜੇ ਸਾਬਕਾ ਗਵਰਨਰ ਆ ਉਹਨਾਂ ਨੇ ਇਸ ਦੇ ਵਿੱਚ ਜਿਹੜੀ ਛਾਲ ਮਾਰੀ। ਉਸ ਤੋਂ ਪਹਿਲਾਂ ਜਿਹੜੇ ਬਲੂਮਬਰਗ ਬਿਲੀਅਨੇਅਰ ਹੈਗੇ ਆ ਉਹਨਾਂ ਨੇ ਵੀ ਡੈਮੋਕ੍ਰੇਟ ਦੇ ਇਸ ਰੇਸ ਦੇ ਵਿੱਚ ਜਿਹੜੀ ਛਾਲ ਮਾਰੀ ਸੀ। ਸੋ ਲੈਟ ਸੀ ਵੀ ਕਿਸ ਨੂੰ ਜਿਹੜਾ ਉਹ ਚੁਣਿਆ ਜਾਂਦਾ। 3 ਮਹੀਨੇ ਦੇ ਬਾਅਦ ਦੇ ਵਿੱਚ ਆਇਓਵਾ ਦੇ ਵਿੱਚ ਪਹਿਲੀ ਕੌਕਸ ਜਿਹੜੀ ਆ ਉਹ ਹੋਣ ਜਾ ਰਹੀ ਆ, ਜਿਸ ਦੇ ਵਿੱਚ ਇਹ ਦੇਖਦੇ ਹਾਂ ਵੀ ਕੌਣ ਜ਼ਿਆਦਾ ਜਿਹੜੀਆਂ ਆ ਉੱਥੇ ਵੋਟਾਂ ਉਹ ਲੈ ਕੇ ਜਾਂਦਾ। ਫਿਰ ਉਸ ਤੋਂ ਬਾਅਦ 'ਚ ਨਿਊ ਹੈਮਸ਼ਾਇਰ ਦੇ ਵਿੱਚ ਪ੍ਰਾਇਮਰੀਜ਼ ਜਿਹੜੀਆਂ ਉਹ ਆਉਣੀਆਂ ਨੇ। ਸੋ ਵਾਰੀ ਵਾਰੀ ਸਿਰ ਇਸ ਤਰੀਕੇ ਦੇ ਨਾਲ ਫਿਰ ਜੂਨ ਜੁਲਾਈ ਤੱਕ ਜਿਹੜੀਆਂ ਇਹ ਪ੍ਰਾਇਮਰੀਜ਼ ਚੱਲਦੀਆਂ ਜਾਣੀਆਂ ਅਤੇ ਫਿਰ ਦੇਖਦੇ ਹਾਂ ਵੀ ਡੈਲੀਗੇਸ਼ਨ ਜਿਹੜੀ ਡੈਮੋਕ੍ਰੇਟ ਡੈਲੀਗੇਸ਼ਨ ਉਹ ਕਿਹਨਾਂ ਨੂੰ ਜਿਹੜਾ ਮੁੱਖ ਜਿਹੜਾ ਆ ਉਹ ਦਾਅਵੇਦਾਰ ਜਿਹੜਾ ਉਹ ਘੋਸ਼ਿਤ ਕਰਦੀ ਆ। ਸੋ ਅਜੇ ਤੱਕ ਜਿਹੜੇ ਪ੍ਰੈਜੀਡੈਂਟ ਬਰਾਕ ਓਬਾਮਾ ਆ ਉਹ ਕਿਸੇ ਦੀ ਸਪੋਰਟ 'ਚ ਨਹੀਂ ਆਏ ਸੀ, ਪਰ ਉਹਨਾਂ ਨੇ ਜਿਹੜੀ ਲੇਟੈਸਟ ਇੰਟਰਵਿਊ ਦਿੱਤੀ ਹੈਗੀ ਆ ਉਹਦੇ ਵਿੱਚ ਕਿਹਾ ਆ ਵੀ ਜਿਹੜਾ ਡੈਮੋਕ੍ਰੇਟਿਕ ਪਾਰਟੀ ਆ ਇਹ ਬਹੁਤ ਜ਼ਿਆਦਾ ਫਾਰ ਲੈਫਟ ਜਾ ਰਹੀ ਆ, ਖਾਸ ਕਰਕੇ ਐਲਿਜ਼ਾਬੈਥ ਵਾਰਨ ਅਤੇ ਬਰਨੀ ਸੈਂਡਰਸ ਨੂੰ ਲੈ ਕੇ। ਉਹ ਕਹਿੰਦੇ ਤੁਸੀਂ ਲੋਕਾਂ ਦੇ ਨਾਲ ਨਹੀਂ ਜੁੜੇ ਹੋਏ, ਆਪਣੇ ਘਰ ਬੈਠ ਕੇ ਜਿਹੜਾ ਆਪਣਾ ਮੁੱਦਾ ਜਿਹੜਾ ਬਣਾ ਰਹੇ ਹੈਗੇ ਆ। ਕਹਿੰਦੇ ਦੋ ਜਿਹੜੇ ਮੇਨ ਇਸ਼ੂ ਹੈਗੇ ਆ ਇਮੀਗ੍ਰੇਸ਼ਨ ਅਤੇ ਹੈਲਥ ਕੇਅਰ ਰਿਫੋਰਮ ਦਾ, ਇੱਕ ਤਰ੍ਹਾਂ ਨਾਲ ਇਸ ਮੁੱਦੇ 'ਤੇ ਵੀ ਉਹ ਮੈਨੂੰ ਲੱਗਦਾ ਅਪਸੈਟ ਆ ਕਿਉਂਕਿ ਜਿਹੜੀ ਓਬਾਮਾ ਕੇਅਰ ਆ ਉਹਨਾਂ ਨੇ ਸੈਟਅਪ ਕੀਤੀ ਸੀ। ਸੋ ਹੁਣ ਜਿਹੜੀ ਸੈਨੇਟਰ ਬਰਨੀ ਸੈਂਡਰਸ ਆ ਉਹ ਆਪਣਾ ਹੀ ਪ੍ਰੋਗਰਾਮ ਲੈ ਕੇ ਆ ਰਹੇ, ਉਹ ਕਹਿੰਦੇ ਵੀ ਸਾਰੀਆਂ ਪ੍ਰਾਈਵੇਟ ਇੰਸ਼ੋਰੈਂਸ ਕੰਪਨੀਆਂ ਬੰਦ ਹੋਊਗੀਆਂ ਅਤੇ ਮੈਡੀਕੇਅਰ ਫੋਰ ਆਲ ਜਿਹਦਾ ਕਿ $52 ਟ੍ਰਿਲੀਅਨ ਜਿਹੜਾ ਖਰਚਾ ਆਊਗਾ। ਇਸੇ ਤਰ੍ਹਾਂ ਜਿਹੜੀ ਇਮੀਗ੍ਰੇਸ਼ਨ ਰਿਫੋਰਮ ਦੇ ਲਈ ਵੀ ਜਿਹੜੀਆਂ ਉਹਨਾਂ ਦੀਆਂ ਬਹੁਤ ਰੈਡੀਕਲ ਪੋਲਿਸੀਜ਼ ਹੈਗੀਆਂ, ਕਹਿੰਦੇ ਵੀ ਇਨਕਲੂਡਿੰਗ ਵੈਲਫੇਅਰ, ਜਿਹੜੀ ਸਾਰੇ ਇਲੀਗਲ ਇਮੀਗ੍ਰੈਂਟਸ ਆ ਉਹਨਾਂ ਦੇ ਲਈ ਵੈਲਫੇਅਰ ਅਤੇ ਮੋਰਾਟੋਰੀਅਮ ਔਨ ਆਲ ਡਿਪੋਰਟੇਸ਼ਨਸ, ਵੀ ਕਿਸੇ ਤਰ੍ਹਾਂ ਦੀ ਵੀ ਜਿਹੜੀ ਡਿਪੋਰਟੇਸ਼ਨ ਹੁੰਦੀ ਆ ਉਹਦੇ 'ਤੇ ਪੂਰੀ ਤਰ੍ਹਾਂ ਉਹ ਬੰਦ ਕਰ ਦੇਣਗੇ। ਸੋ ਇਸ ਨੂੰ ਦੇਖ ਕੇ ਉਹਨਾਂ ਨੂੰ ਲੱਗ ਰਿਹਾ ਵੀ ਇਹ ਬਹੁਤ ਲੈਫਟ ਜਾ ਰਹੇ ਆ, ਕਿਤੇ ਫਿਰ ਨਾ ਆਪਾਂ ਇਸ ਵਾਰੀ ਇਸ ਚੱਕਰ ਦੇ ਵਿੱਚ ਜਿਹੜੀ ਇਲੈਕਸ਼ਨ ਆ ਉਹ ਲੂਜ਼ ਕਰ ਜਾਈਏ ਜੀ। ਇਹ ਤਾਂ ਹੁਣ ਦੇਖਣ ਵਾਲੀ ਗੱਲ ਰਹੂਗੀ ਵੀ ਇੰਪੀਚਮੈਂਟ ਦੀ ਜਿਹੜੀਆਂ ਪ੍ਰੋਸੀਡਿੰਗਸ ਆ ਉਹ ਕਿਸ ਪਾਸੇ ਵੱਲ ਨੂੰ ਜਿਹੜੀਆਂ ਉਹ ਜਾਂਦੀਆਂ। ਸੋ ਲਗਾਤਾਰ
ਇੰਪੀਚਮੈਂਟ ਪ੍ਰੋਸੀਡਿੰਗ ਦੇ ਵਿੱਚ ਜਿਹੜੇ ਅਫੀਸ਼ੀਅਲ ਅਧਿਕਾਰੀ ਆ ਕੇ ਜਿਹੜੇ ਟਰੰਪ ਪ੍ਰਸ਼ਾਸਨ ਜਾਂ ਰਾਸ਼ਟਰਪਤੀ ਟਰੰਪ ਦੇ ਖਿਲਾਫ ਜਿਹੜੇ ਆ ਉਹ ਬਿਆਨ ਦੇ ਰਹੇ ਨੇ, ਉਹਨਾਂ ਦੇ ਜਿਹੜੇ ਆ ਆਪਣੇ ਆਪਣੀਆਂ ਗੱਲਾਂ ਜਿਹੜੀਆਂ ਉਹ ਦੱਸ ਰਹੇ ਨੇ। ਹੁਣ ਇਹ ਆਮ ਲੋਕਾਂ ਨੇ ਜਿਹੜਾ ਹੁਣ ਉਹ ਦੇਖਣਾ ਆ ਵੀ ਉਹ ਕਿੰਨੀਆਂ ਕੁ ਗੱਲਾਂ ਨੂੰ ਜਿਹੜਾ ਉਹ ਮੰਨਦੇ ਆ, ਵੀ ਇੰਨੇ ਸਾਰੇ ਜਾਣੇ ਮਿਲ ਕੇ ਝੂਠ ਬੋਲ ਰਹੇ ਆ ਜਾਂ ਇਕੱਲੇ ਰਾਸ਼ਟਰਪਤੀ ਟਰੰਪ ਜਿਹੜੇ ਇਸ ਦੇ ਵਿੱਚ ਝੂਠ ਬੋਲ ਰਹੇ, ਉਹ ਤਾਂ ਉਸ ਚੀਜ਼ ਤੋਂ ਜਿਹੜੇ ਹੁਣ ਇਨਕਾਰੀ ਵੀ ਨਹੀਂ ਆ ਵੀ ਮੈਂ ਉਹਨਾਂ ਨੂੰ ਜਿਹੜਾ ਉਹ ਕਿਹਾ ਸੀ ਜਾਂ ਨਹੀਂ ਕਿਹਾ ਸੀ, ਬਸ ਇਹ ਹੁਣ ਕਹੀ ਜਾ ਰਹੇ ਵੀ ਕੋਈ ਕੁਇਡ ਪ੍ਰੋਕ ਉਹ ਜਿਹੜੀ ਉਹ ਨਹੀਂ ਹੈਗੀ। ਹੁਣ ਜਿਹੜੇ ਰਾਸ਼ਟਰਪਤੀ ਟਰੰਪ ਉਹਨਾਂ ਨੇ ਬੀਤੇ ਦਿਨਾਂ ਦੇ ਵਿੱਚ ਆਖਿਆ ਸੀ, ਕਹਿੰਦੇ ਵੀ ਇਸ ਤੋਂ ਪਹਿਲੀ ਜਿਹੜੀ ਯੂਕਰੇਨ ਦੀ ਜਿਹੜੀ ਪਹਿਲੀ ਕਾਲ ਕੀਤੀ ਗਈ ਸੀਗੀ ਉਹ ਵੀ ਟਰਾਂਸਕ੍ਰਿਪਟ ਆ ਉਹ ਨਸ਼ਰ ਜਿਹੜੀ ਉਹ ਕਰਨਗੇ। ਉਸ ਤੋਂ ਪਹਿਲਾਂ ਜਦੋਂ ਰਾਸ਼ਟਰਪਤੀ ਟਰੰਪ ਇਹ ਕਹਿੰਦੇ ਸੀਗੇ ਵੀ ਲੋੜ ਨਹੀਂ ਰੀਡ ਦਾ ਟਰਾਂਸਕ੍ਰਿਪਟ, ਅਤੇ ਹੁਣ ਜਿਹੜਾ ਉਹ ਇੱਕ ਹੋਰ ਟਰਾਂਸਕ੍ਰਿਪਟ ਜਿਹੜੀ ਉਹ ਜਾਰੀ ਕਰਨ ਦੀ ਗੱਲ ਕਰ ਰਿਹਾ, ਕਿਉਂਕਿ ਉਹਨਾਂ ਨੂੰ ਇੱਦਾਂ ਲੱਗ ਰਿਹਾ ਆ ਵੀ ਇਸ ਟਰਾਂਸਕ੍ਰਿਪਟ ਦੇ ਨਾਲ ਉਹ ਤੱਤੇ ਪਾਣੀ ਦੇ ਵਿੱਚ ਘਿਰਦੇ ਨੇ। ਸੋ ਲੈਟਸ ਸੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਪੂਰੀ ਇੰਪੀਚਮੈਂਟ ਪ੍ਰੋਸੀਡਿੰਗਸ ਆ ਜਿਹੜੀਆਂ ਉਹ ਕਿਸ ਪਾਸੇ ਵੱਲ ਨੂੰ ਉਹ ਜਾਣਗੀਆਂ। ਅੰਬੈਸਡਰ ਜਿਹੜੇ ਸਾਊਂਡਲੈਂਡ ਆ ਉਹਨਾਂ ਦੀ ਵੀ ਜਲਦ ਹੀ ਜਿਹੜੀ ਆ ਪਬਲਿਕ ਹੀਅਰਿੰਗ ਆ ਉਹ ਹੋਣ ਜਾ ਰਹੀ ਹੈਗੀ ਆ ਜੀ। ਹੁਣ ਆਪਾਂ ਕੁਛ ਇਮੀਗ੍ਰੇਸ਼ਨ ਦੇ ਨਾਲ ਰਿਲੇਟਡ ਜਿਹੜੀਆਂ ਖਬਰਾਂ ਆ ਉਹਦੇ ਵੱਲ ਆਈਏ। ਪਹਿਲੀ ਜਿਹੜੀ ਖਬਰ ਆ ਉਹ ਡਾਕਾ ਦੇ ਨਾਲ ਰਿਲੇਟਡ ਹੈਗੀ ਆ। ਡਾਕਾ ਦੀ ਜਿਹੜਾ ਕੇਸ ਆ ਅੱਜ ਕੱਲ੍ਹ ਉਹ ਸੁਪਰੀਮ ਕੋਰਟ ਦੇ ਵਿੱਚ ਜਿਹੜਾ ਹੈਗਾ ਆ, ਅਤੇ ਸੁਪਰੀਮ ਕੋਰਟ ਬਹੁਤ ਜਲਦ ਜਿਹੜੇ ਡਾਕਾ ਦੇ ਅੰਡਰ 8 ਲੱਖ ਦੇ ਕਰੀਬ ਜਿਹੜੇ ਲੋਕ ਹੈਗੇ ਆ ਉਹਨਾਂ ਦੀ ਕਿਸਮਤ ਬਾਰੇ ਜਿਹੜਾ ਫੈਸਲਾ ਕਰੇਗੀ। ਅਤੇ ਖਬਰਾਂ ਇਹ ਆ ਰਹੀਆਂ ਵੀ ਹੋ ਸਕਦਾ ਜਿਹੜਾ ਇਹ ਟਰੰਪ ਐਡਮਿਨਿਸਟ੍ਰੇਸ਼ਨ ਦੇ ਹੱਕ ਦੇ ਵਿੱਚ ਜਿਹੜਾ ਇਹ ਫੈਸਲਾ ਚਲੇ ਜਾਵੇ, ਕਿਉਂਕਿ ਇੱਕ ਜਿਹੜਾ ਜੱਜ ਆ ਉਹਦੇ 'ਤੇ ਹੀ ਇਹ ਸਾਰਾ ਕੁਛ ਡਿਪੈਂਡ ਕਰਦਾ, ਅਤੇ ਉਹ ਰਿਪਬਲਿਕਨ ਅਪੁਆਇੰਟਡ ਜੱਜ ਹੈਗਾ। ਅਤੇ ਜੇ ਇਹ ਡਿਸੀਜਨ ਟਰੰਪ ਐਡਮਿਨਿਸਟ੍ਰੇਸ਼ਨ ਦੇ ਹੱਕ ਦੇ ਵਿੱਚ ਚਲੇ ਜਾਂਦਾ ਤਾਂ ਜਿਹੜੇ ਡਾਕੇ ਵਾਲਿਆਂ ਦਾ ਕੀ ਪੁਜੀਸ਼ਨ ਹੋਊਗੀ ਉਹਦੇ 'ਤੇ ਫਿਰ ਇਹ ਬਹੁਤ ਡਿਪੈਂਡ ਕਰਦਾ ਵੀ ਉਹਨਾਂ ਨੂੰ ਡਿਪੋਰਟ ਕੀਤਾ ਜਾਊਗਾ ਕੀ ਹੋਊਗਾ। ਬਹੁਤ ਸਾਰੀਆਂ ਜਿਹੜੀਆਂ ਨਵੀਆਂ ਨਵੀਆਂ ਸਟੋਰੀਆਂ ਆ ਰਹੀਆਂ, ਇੱਕ ਮਿਜ਼ਲ ਗਰਸੀਆ ਨਾਮ ਦਾ 29 ਸਾਲਾਂ ਦਾ ਜਿਹੜਾ ਉਹਦਾ ਹੀ ਗੱਲਬਾਤ ਆਈ ਆ ਵੀ ਉਹ 2 ਸਾਲਾਂ ਦਾ ਸੀਗਾ ਜਦੋਂ ਆਇਆ ਸੀ, ਵੀ ਕਿਸ ਤਰ੍ਹਾਂ ਜੇ ਡਾਕਾ ਦੇ ਪ੍ਰੋਗਰਾਮ ਨੂੰ ਐਂਡ ਕਰ ਦਿੱਤਾ ਗਿਆ ਅਤੇ ਉਹ ਕਿੱਥੇ ਡਿਪੋਰਟ ਹੋਊਗਾ ਉਹ ਮੇ ਬੀ ਉਸ ਮੁਲਕ ਦੇ ਵਿੱਚ ਜਿਹਦੇ ਬਾਰੇ ਉਹਨੂੰ ਕੁਛ ਵੀ ਨਹੀਂ ਪਤਾ। ਅਤੇ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਬਹੁਤ ਸਾਰੇ ਲੋਕ ਜਿਹੜੇ ਡਾਕਾ ਦੇ ਅੰਡਰ ਅਪਲਾਈ ਕਰਦੇ ਸੀ ਉਹਨਾਂ ਦਾ ਕੀ ਬਣੂਗਾ। ਸੋ ਇਹ ਇਕੱਲਾ ਡਾਕਾ ਵਾਲਿਆਂ ਦੇ ਨਹੀਂ, ਜਿਹੜੇ ਹੋਰ ਵੀ ਜਿਹੜੀ ਇਮੀਗ੍ਰੇਸ਼ਨ ਪੋਲਿਸੀਜ਼ ਹੈਗੀਆਂ ਆ ਉਹਨਾਂ ਦੇ ਉੱਤੇ ਵੀ ਇਹਦਾ ਜਿਹੜਾ ਅਸਰ ਪਵੇਗਾ। ਜੀ, ਸੋ ਹਾਲ ਦੀ ਘੜੀ ਜਿਹੜੇ ਡਾਕਾ ਵਾਲੇ ਆ ਉਹ ਚਿੰਤਤ ਨੇ, ਉਹਨਾਂ ਨੂੰ ਆਪਣੇ ਭਵਿੱਖ ਦੇ ਬਾਰੇ ਆ ਉਹ ਪਤਾ ਨਹੀਂ ਆ ਵੀ ਉਹਨਾਂ ਦੇ ਨਾਲ ਕੀ ਜਿਹੜਾ ਉਹ ਬਣਨ ਵਾਲਾ ਹੈਗਾ ਆ। ਸੋ ਦੇਖਦੇ ਹਾਂ ਵੀ ਕੀ ਜਿਹੜੇ ਸੁਪਰੀਮ ਕੋਰਟ ਆ ਹੁਣ ਜਿਹੜੇ ਆਰਗੂਮੈਂਟ ਆ ਦਲੀਲਾਂ ਦੋਨੋਂ ਹੀ ਪੱਖਾਂ ਦੀਆਂ ਸੁਣਨ ਤੋਂ ਬਾਅਦ ਦੇ ਵਿੱਚ ਕਿਸ ਪਾਸੇ ਵੱਲ ਨੂੰ ਕੋਈ ਫੈਸਲਾ ਆ ਉਹ ਸੁਣਾਉਂਦੇ ਹੈਗੇ ਨੇ। ਅਤੇ ਜਿੱਦਾਂ ਤੁਸੀਂ ਇਸ਼ਾਰਾ ਕੀਤਾ ਵੀ ਇਸ਼ਾਰੇ ਇਹੀ ਮਿਲ ਰਹੇ ਨੇ ਵੀ ਇਹ ਡਾਕਾ ਦਾ ਪ੍ਰੋਗਰਾਮ ਨੂੰ ਖਤਮ ਕਰਨ ਦਾ ਅਧਿਕਾਰ ਜਿਹੜਾ ਆ ਰਾਸ਼ਟਰਪਤੀ ਟਰੰਪ ਨੂੰ ਉਹ ਮਿਲ ਸਕਦਾ ਹੈਗਾ ਆ, ਜਿਸ ਦੇ ਲਈ ਜਦੋਜਹਿਦ ਉਹਨਾਂ ਨੇ ਬੜੇ ਲੰਮੇ ਸਮੇਂ ਤੋਂ ਜਿਹੜੀ ਉਹ ਕੀਤੀ ਆ। ਇਹ ਵੀ ਜਿਹੜੀ ਗੌਰਤਲਬ ਗੱਲ ਹੈਗੀ ਆ ਵੀ ਜਿਹੜੇ ਸਾਬਕਾ ਜਿਹੜੇ ਰਾਸ਼ਟਰਪਤੀ ਆ ਬਰਾਕ ਓਬਾਮਾ ਉਹਨਾਂ ਨੇ ਵੀ ਐਗਜ਼ੀਕਿਊਟਿਵ ਆਰਡਰ ਦੇ ਜ਼ਰੀਏ ਹੀ ਜਿਹੜਾ ਡਾਕਾ ਦਾ ਇਹ ਜਿਹੜਾ ਪ੍ਰੋਗਰਾਮ ਆ ਉਸ ਨੂੰ ਲਾਗੂ ਜਿਹੜਾ ਉਹ ਕਰਵਾਇਆ ਸੀਗਾ। ਅਤੇ ਫਿਰ ਜਿਹੜੀ ਕੋਈ ਸੋਧ ਵਗੈਰਾ ਜੇ ਕੋਈ ਟਰਾਈ ਉਹਨਾਂ ਨੇ ਕੀਤੀ ਸੀਗੀ ਉਹ ਚੀਜ਼ ਹੋਈ ਸੀਗੀ, ਅਤੇ ਹੁਣ ਜਿਹੜੇ ਰਾਸ਼ਟਰਪਤੀ ਟਰੰਪ ਉਹ ਵੀ ਆਪਣੇ ਐਗਜ਼ੀਕਿਊਟਿਵ ਆਰਡਰ ਦੇ ਜ਼ਰੀਏ ਹੀ ਉਹਨਾਂ ਨੇ ਇਸ ਤਰੀਕੇ ਦੇ ਨਾਲ ਇਸ ਪ੍ਰੋਗਰਾਮ ਨੂੰ ਖਤਮ ਕਰਨ ਦੀ ਟਰਾਈ ਕੀਤੀ ਆ, ਜਿਸ ਦੇ ਖਿਲਾਫ਼ ਬਹੁਤ ਸਾਰੀਆਂ ਜਿਹੜੀਆਂ ਇਮੀਗ੍ਰੇਸ਼ਨ ਦੇ ਹੱਕ ਵਾਲੀਆਂ ਜਥੇਬੰਦੀਆਂ ਉਹਨਾਂ ਨੇ ਇਸ ਦੇ ਖਿਲਾਫ਼ ਕੇਸ ਵਗੈਰਾ ਜਿਹੜੇ ਉਹ ਕੀਤੇ ਹੋਏ ਸੀਗੇ। ਜੀ, ਸੋ ਬਿਲਕੁਲ ਉਹਨਾਂ ਨੇ ਹੋਰ ਵੀ ਕਈ ਆਪਸ਼ਨ ਦਿੱਤੀਆਂ ਵੀ ਜਿਹੜੇ ਜੇ ਇੱਦਾਂ ਦੀ ਗੱਲਬਾਤ ਹੋ ਜਾਂਦੀ ਆ ਡਾਕਾ ਵਾਲਿਆਂ ਨੂੰ, ਕਿਉਂਕਿ ਕੀ ਆ ਵੀ ਬਹੁਤ ਸਾਰੇ ਬਿਜ਼ਨਸ ਅਤੇ ਜਿਹੜੇ ਅਕੈਡਮਿਕ ਔਰਗਨਾਈਜੇਸ਼ਨਸ ਆ ਉਹ ਡਾਕਾ ਵਾਲਿਆਂ ਦੇ ਹੱਕ ਦੇ ਵਿੱਚ ਆ, ਕਿਉਂਕਿ ਜਿਹੜੇ ਡਾਕਾ ਦੇ ਅੰਡਰ ਜਿੰਨੇ ਲੋਕ ਸੀਗੇ ਬਹੁਤ ਸਾਰੀਆਂ ਪ੍ਰੋਫੈਸ਼ਨਲ ਕੰਪਨੀਆਂ ਦੇ ਵਿੱਚ ਹੁਣ ਕੰਮ ਕਰਦੇ ਆ, ਕਿਉਂਕਿ ਜਿਹੜੇ ਅੰਡਰ 16 ਆਏ ਸੀਗੇ ਇਲੀਗਲੀ ਅਤੇ ਉਹ ਗ੍ਰੈਜੂਏਟ ਵੀ ਹੋ ਗਏ, ਉਹਨਾਂ ਨੇ ਡਿਗਰੀਆਂ ਵੀ ਪ੍ਰਾਪਤ ਕੀਤੀਆਂ, ਬਹੁਤ ਸਾਰਿਆਂ ਦੇ ਕਹਿੰਦੇ ਵਿਆਹ ਹੋ ਗਏ, ਉੱਦਾਂ ਉਹਨੇ ਸਿਟੀਜ਼ਨਸ਼ਿਪ ਲੈ ਲਈ ਹੈਗੀ ਆ, ਕੁਛ ਕੁ ਨੂੰ ਜਿਹੜੇ ਬਿਜ਼ਨਸ ਵੀਜ਼ਾ ਦੇ ਅੰਡਰ ਅਪਲਾਈ ਕਰ ਸਕਦੇ ਆ, ਕੁਛ ਕੁ ਜਿਹੜੇ ਉਹਨਾਂ ਨੂੰ H1 ਜਾਂ ਉਹ ਦੂਸਰੇ ਵੀਜ਼ੇ ਹੈਗੇ ਇੰਪਲਾਈਮੈਂਟ ਦੇ ਥਰੂ ਹੈਗੇ ਆ। ਸੋ ਇੰਨੀ ਜਲਦੀ ਤਾਂ ਨਹੀਂ ਕਹਿੰਦੇ ਉਹਨਾਂ ਨੂੰ ਡਿਪੋਰਟ ਕੀਤਾ ਜਾਊਗਾ, ਪਰ ਇੱਕ ਤਰ੍ਹਾਂ ਦੇ ਨਾਲ ਜਿਹੜਾ ਆ ਇਮੀਗ੍ਰੇਸ਼ਨ ਦੇ ਉੱਤੇ ਬਹੁਤ ਜ਼ਿਆਦਾ ਜਿਹੜਾ ਇਹਦਾ ਅਸਰ ਪਊਗਾ। ਜੀ ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰੀਏ, ਜਿਹੜੇ ਪੁਲਿਸ ਵਾਲੇ ਹੁੰਦੇ ਉਹਨਾਂ ਤੋਂ ਲੋਕਾਂ ਨੂੰ ਉਮੀਦ ਹੁੰਦੀ ਆ ਵੀ ਉਹ ਲੋਕਾਂ ਦੀ ਰਾਖੀ ਕਰਨ ਦੇ ਲਈ ਅਤੇ ਜਿਹੜੀਆਂ ਗਲਤ ਕੰਮ ਹੋ ਰਹੇ ਆ ਉਹਨਾਂ ਨੂੰ ਰੋਕਣ ਦੇ ਵਿੱਚ
ਉਹ ਸਹਿਯੋਗ ਕਰਨਗੇ, ਪਰ ਵਿੱਚ ਵਿੱਚ ਕਿਤੇ ਕਿਤੇ ਜਿਹੜੇ ਗੰਦੇ ਆਂਡੇ ਕਹਿ ਲਓ ਜਾਂ ਜਿਹੜੇ ਮਾੜੇ ਸੋਚ ਵਾਲੇ ਆ ਉਹ ਵੀ ਪੁਲਿਸ ਦੇ ਵਿੱਚ ਹੁੰਦੇ ਨੇ। ਅਤੇ ਇਹ ਤਾਂ ਹਰਜੋਤ ਸਿੰਘ ਜੀ ਬੜੀ ਅਚੰਭੇ ਵਾਲੀ ਗੱਲ ਹੋਈ ਆ, 31 ਸਾਲ ਪੁਲਿਸ ਦੇ ਵਿੱਚ ਕੰਮ ਕਰਨ ਵਾਲਾ ਸਿਆਟਲ ਪੁਲਿਸ ਡਿਪਾਰਟਮੈਂਟ ਦਾ ਕੈਪਟਨ ਜਿਹੜਾ ਉਹ ਬੀਤੇ ਦਿਨੀ ਇੱਕ ਸਟਿੰਗ ਓਪਰੇਸ਼ਨ ਦੇ ਵਿੱਚ ਜਿਹੜੇ ਪ੍ਰੋਸਟੀਚਿਊਟ ਸਟਿੰਗ ਓਪਰੇਸ਼ਨ ਦੇ ਵਿੱਚ ਉਸ ਨੂੰ ਗ੍ਰਿਫਤਾਰ ਕੀਤਾ ਗਿਆ। 53 ਸਾਲਾਂ ਦਾ ਸਿਆਟਲ ਦਾ ਪੁਲਿਸ ਕੈਪਟਨ ਰੈਂਡਲ ਵੂਲਰੀ ਉਸ ਨੂੰ ਇਸ ਅੰਡਰਕਵਰ ਪੁਲਿਸ ਅਫਸਰ ਨੂੰ ਪੈਸੇ ਦੇ ਬਦਲੇ ਸੈਕਸ ਦੇ ਲਈ ਜਿਹੜਾ ਆ ਪ੍ਰੋਸਟੀਚਿਊਸ਼ਨ ਜਿਹੜਾ ਇਸ ਸਟਿੰਗ ਓਪਰੇਸ਼ਨ ਦੇ ਵਿੱਚ ਗ੍ਰਿਫਤਾਰ ਉਹ ਕੀਤਾ ਗਿਆ ਆ। ਪ੍ਰੋਫੈਸ਼ਨਲ ਸਟੈਂਡਰਡਸ ਬਿਊਰੋ ਜਿਹੜਾ ਡਿਪਾਰਟਮੈਂਟ ਹੈਗਾ ਸਿਆਟਲ ਪੁਲਿਸ ਡਿਪਾਰਟਮੈਂਟ ਦਾ, ਉਸ ਦੇ ਵਿੱਚ ਇਹ ਕੰਮ ਕਰਦਾ ਆ ਅਤੇ ਇਹ ਰਿਵਿਊ ਕਰਦਾ ਆ ਔਫਿਸਰਸ ਦੇ ਯੂਜ਼ ਆਫ ਫੋਰਸ ਨੂੰ ਵੀ ਉਹਨਾਂ ਨੇ ਕਿੰਨੀ ਕੁ ਕਿਤੇ ਜ਼ਿਆਦਾ ਲੋੜੋਂ ਵੱਧ ਨਹੀਂ ਜਿਹੜੀ ਜਿਹੜਾ ਜ਼ੋਰ ਅਜਮਾਇਸ਼ ਜਿਹੜੀ ਕੀਤੀ, ਜਿਸ ਦੇ ਕਰਕੇ ਅਕਸਰ ਕੋਈ ਨਾ ਕੋਈ ਵਿਵਾਦ ਜਿਹੜਾ ਆ ਕੋਈ ਨਾ ਕੋਈ ਖਬਰ ਜਿਹੜੀ ਅਮਰੀਕਾ ਦੇ ਵਿੱਚ ਚੱਲਦੀ ਰਹਿੰਦੀ ਆ। ਅਤੇ ਹੁਣ ਉਸ ਨੂੰ ਗ੍ਰਿਫਤਾਰ ਕੀਤਾ ਗਿਆ। ਬੜੀ ਸ਼ਰਮਨਾਕ ਜਿਹੜਾ ਹਰਜੋਤ ਸਿੰਘ ਜੀ ਕਾਰਾ ਹੈਗਾ ਵੀ ਇੱਦਾਂ ਦੇ ਬੰਦੇ ਜਿਨ੍ਹਾਂ ਨੂੰ ਇੱਕ ਜਿਹੜਾ ਉੱਚ ਪੱਧਰ ਦਾ ਨਾਗਰਿਕ ਮੰਨਿਆ ਜਾਂਦਾ ਹੈ, ਜਿਨ੍ਹਾਂ ਨੂੰ ਰੋਲ ਮਾਡਲ ਮੰਨਿਆ ਜਾਂਦਾ ਆ, ਉਹ ਇੱਦਾਂ ਦੇ ਜਿਹੜੇ ਕੰਮਾਂ ਦੇ ਵਿੱਚ ਉਹ ਫੜੇ ਜਾਂਦੇ ਨੇ ਅਤੇ 31 ਸਾਲ ਤੋਂ ਪੁਲਿਸ ਦੇ ਵਿੱਚ ਉਹ ਕੰਮ ਕਰ ਰਹੇ ਹੋਣ ਜੀ। ਅਗਲੀ ਖਬਰ ਵੱਲ ਚੱਲੀਏ। ਜਿਸ ਤਰ੍ਹਾਂ ਆਪਾਂ ਪਿਛਲੇ ਹਫ਼ਤੇ ਵੀ ਦੱਸਿਆ ਸੀ ਭਈ USA ਦੇ ਵਿੱਚ ਜਦੋਂ ਤੁਸੀਂ ਹੁਣ ਸਿਟੀਜ਼ਨ ਬਣਨਾ ਆ ਜਾਂ ਤੁਸੀਂ ਆਪਣਾ ਇਮੀਗ੍ਰੇਸ਼ਨ ਦਾ ਸਟੇਟਸ ਚੇਂਜ ਕਰਨਾ ਜਾਂ ਵਰਕ ਪਰਮਿਟ ਰੀਅਪਲਾਈ ਕਰਨਾ ਆ, ਉਹਦੇ ਲਈ ਜਿਹੜੀ US ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਆ ਉਹਨਾਂ ਨੇ ਔਲਰੇਡੀ ਜਿਹੜੇ ਰੇਟ ਆ ਉਹ ਪਬਲਿਸ਼ ਕਰ ਦਿੱਤੇ ਹੈਗੇ ਆ, ਜਿਨ੍ਹਾਂ ਦੇ ਉੱਤੇ 30 ਦਿਨਾਂ ਦੇ ਲਈ ਉਹਨਾਂ ਨੇ ਪਬਲਿਕ ਓਪੀਨੀਅਨ ਵੀ ਜਿਹੜਾ ਲੈਣਾ ਹੈਗਾ ਆ। ਇਹ ਜਿਹੜਾ ਬੜੀ ਜਲਦੀ ਕਹਿੰਦੇ ਪਈ ਇਫੈਕਟ ਹੋਣ ਜਾ ਰਿਹਾ 2nd December ਨੂੰ ਰਾਜਕਨਵੀਰ ਸਿੰਘ ਜੀ, ਸੋ ਥੋੜ੍ਹੇ ਦਿਨ ਇਹ ਰਹਿ ਗਏ ਹੈਗੇ ਆ। ਅਤੇ ਫੀਸਾਂ ਜੇ ਤੁਹਾਨੂੰ ਦੱਸਦੀ ਜਾਈਏ ਬਹੁਤ ਵੱਡੀ ਗਿਣਤੀ ਦੇ ਵਿੱਚ ਉਹਨਾਂ ਨੇ ਜਿਹੜੀਆਂ ਇਨਕਰੀਜ਼ ਕਰ ਦਿੱਤੀਆਂ ਹੈਗੀਆਂ। ਜੇ ਤੁਸੀਂ ਸਿਟੀਜ਼ਨ ਬਣਨਾ ਹੈਗਾ ਸਿਟੀਜ਼ਨਸ਼ਿਪ ਲਈ ਅਪਲਾਈ ਕਰਨਾ, ਉਹਦੀ ਐਪਲੀਕੇਸ਼ਨ ਫੀਸ $640 ਤੋਂ ਵਧਾ ਕੇ $1170 ਕਰ ਦਿੱਤੀ ਹੈਗੀ ਆ। ਇਸੇ ਤਰ੍ਹਾਂ ਜਿਹੜੇ ਡਾਕਾ ਦੇ ਅੰਡਰ ਜਿਹੜੇ ਜਿਨ੍ਹਾਂ ਦਾ ਕੋਈ I-765 ਵਰਕ ਪਰਮਿਟ ਹੈਗਾ ਫਿੰਗਰ ਪ੍ਰਿੰਟਿੰਗ ਆ, ਉਹ ਫੀਸ ਜਿਹੜੀ ਆ $495 ਤੋਂ ਵਧਾ ਕੇ $765 ਕਰ ਦਿੱਤੀ ਹੈਗੀ ਆ। ਇਸੇ ਤਰ੍ਹਾਂ ਵੱਖ ਵੱਖ ਪਹਿਲਾਂ ਪੋਲੀਟੀਕਲ ਅਸਾਈਲਮ ਵਾਲਿਆਂ ਨੂੰ ਕਿਸੇ ਤਰ੍ਹਾਂ ਦਾ ਚਾਰਜ ਨਹੀਂ ਲੱਗਦਾ ਸੀ, ਉਹਨਾਂ ਨੂੰ ਹੁਣ $50 ਉਹਨਾਂ ਦੀ ਫੀਸ ਰੱਖ ਦਿੱਤੀ ਆ। ਐਕਟਿੰਗ ਡਾਇਰੈਕਟਰ ਜਿਹੜੇ USCIS ਦੇ ਕੈਨ ਕਰੂਸੀਨੈਲੀ ਆ, ਉਹ ਕਹਿੰਦੇ ਵੀ ਅਸੀਂ ਜਿਹੜਾ ਆ ਖਰਚਾ ਬਹੁਤ ਆ ਜਿਹੜਾ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦਾ, ਇਹਦੇ ਅੰਡਰ $1.3 billion ਜਿਹੜਾ ਆ ਐਕਸਟਰਾ ਕਲੈਕਟ ਕਰਾਂਗੇ, ਜੋ ਕਿ ਜਿਹੜੇ ਆ ਇਮੀਗ੍ਰੇਸ਼ਨ ਦਾ ਜਿਹੜਾ ਬੈਕਲੋਗ ਹੋਇਆ ਆ ਉਹਨੂੰ ਜਲਦੀ ਤੋਂ ਜਲਦੀ ਜਿਹੜਾ ਆ ਉਹਨੂੰ ਪੂਰਾ ਕੀਤਾ ਜਾ ਸਕੇ। ਸੋ ਨੋਟਿਸ ਆਫ ਅਪੀਲ ਮੋਸ਼ਨ ਜਿਹੜਾ ਇੱਕ ਫਾਰਮ I-290B ਹੈਗਾ ਉਹ $675 ਵਧਾ ਕੇ $705 ਕਰਤਾ। I-485 ਜਿਹੜੀ ਐਪਲੀਕੇਸ਼ਨ ਹੁੰਦੀ ਆ ਪਰਮਾਨੈਂਟ ਰੈਜੀਡੈਂਸੀ ਰਜਿਸਟ੍ਰੇਸ਼ਨ ਔਰ ਐਡਜਸਟਮੈਂਟ ਆਫ ਸਟੇਟਸ ਦੀ, ਉਹ $1140 ਤੋਂ ਵਧਾ ਕੇ $1610 ਕਰ ਦਿੱਤੀ ਆ। ਅਸਾਈਲਮ ਦੀ ਮੈਂ ਦੱਸ ਚੁੱਕਾ ਵੀ $50 ਉਹਨੇ ਫੀਸ ਲਾ ਦਿੱਤੀ ਆ। ਪਟੀਸ਼ਨ ਟੂ ਕੈਂਸਲ ਰੈਜੀਡੈਂਸੀ ਕੰਡੀਸ਼ਨਸ ਇੱਕ ਫਾਰਮ I-751 ਆ ਉਹ $595 ਤੋਂ ਵਧਾ ਕੇ $760 ਕਰ ਦਿੱਤਾ ਆ। ਵਰਕ ਪਰਮਿਟ ਜਿਹੜਾ ਆ I-760 ਫਾਰਮ ਜਿਹੜਾ ਆ ਉਹ $410 ਤੋਂ ਵਧਾ ਕੇ $490 ਕਰ ਦਿੱਤਾ ਆ। ਡਾਕਾ ਵਾਲਿਆਂ ਦਾ ਪਹਿਲਾਂ ਕੋਈ ਫੀਸ ਨਹੀਂ ਹੁੰਦੀ ਸੀ I-821D ਫਾਰਮ 'ਤੇ, ਹੁਣ ਉਹ $275 ਕਰ ਦਿੱਤੀ ਆ। ਇਸੇ ਤਰ੍ਹਾਂ ਇੱਕ ਜਿਹੜੀ ਆ ਐਪਲੀਕੇਸ਼ਨ ਫੋਰ ਸਸਪੈਂਸ਼ਨ ਆਫ ਡਿਪੋਰਟੇਸ਼ਨ ਔਰ ਕੈਂਸਲੇਸ਼ਨ ਆਫ ਐਕਸਪਲਸ਼ਨ, ਇਹ ਫਾਰਮ ਜਿਹੜਾ ਆ I-881 ਇਹਦੀ ਪਹਿਲਾਂ ਫੀਸ $285 ਹੁੰਦੀ ਸੀ, ਹੁਣ $1180 ਕਰ ਦਿੱਤੀ ਆ। ਅਤੇ ਸਿਟੀਜ਼ਨਸ਼ਿਪ ਦੀ $640 ਤੋਂ ਵਧਾ ਕੇ $1170। ਇੱਕ ਵਾਰੀ ਫਿਰ ਆਪਾਂ ਪੰਜਾਬੀ ਰੇਡੀਓ USA ਵੱਲੋਂ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ ਬੇਨਤੀ ਕਰਦੇ ਹਾਂ ਵੀ ਪਲੀਜ਼ ਜਿਹੜੇ ਕੁਆਲੀਫਾਈ ਕਰਦੇ ਆ ਸਿਟੀਜ਼ਨਸ਼ਿਪ ਲਈ ਅਪਲਾਈ ਕਰ ਲਓ, ਇਹ ਤੁਹਾਡੇ ਫਾਇਦੇ ਲਈ ਹੋਊਗਾ। ਫੀਸ ਨਹੀਂ ਇਕੱਲੀ ਵੱਧ ਰਹੀ, ਇਹ ਆਉਣ ਵਾਲੇ ਦਿਨਾਂ ਦੇ ਵਿੱਚ ਆਉਣ ਵਾਲੇ ਸਾਲਾਂ 'ਚ ਨੋ ਮੈਟਰ ਜਿਹੜੀ ਮਰਜ਼ੀ ਸਰਕਾਰ ਆਵੇ ਇਹ ਤੁਹਾਡੇ ਬੈਨੀਫਿਟਸ ਨੂੰ ਬਹੁਤ ਜ਼ਿਆਦਾ ਅਫੈਕਟ ਕਰੂਗੀ, ਖਾਸ ਕਰਕੇ ਸੋਸ਼ਲ ਸਿਕਿਉਰਿਟੀ ਨੂੰ ਜਾਂ ਤੁਹਾਡਾ ਮੈਡੀਕੇਅਰ ਜਿਹੜਾ ਤੁਹਾਡਾ ਹੁੰਦਾ ਹੈ। ਇਹ ਵੀ ਹੋ ਸਕਦਾ ਹੈ ਵੀ ਜੇ ਤੁਸੀਂ ਸਿਟੀਜ਼ਨ ਨਹੀਂ ਵੀ ਤੁਹਾਨੂੰ ਅਸੀਂ ਜਿਹੜਾ ਆ ਮੈਡੀਕਲ ਨਹੀਂ ਦੇਣਾ ਜਾਂ ਮੈਡੀਕੇਅਰ ਨਹੀਂ ਦੇਣਾ। ਸੋ ਸਿਟੀਜ਼ਨ ਬਣਨਾ ਬਹੁਤ ਜ਼ਰੂਰੀ ਹੈਗਾ ਆ। ਪਹਿਲਾਂ ਕਈ ਵਾਰੀ ਲੋਕ ਇੰਡੀਆ ਤੋਂ ਡਰਦੇ ਮਾਰੇ ਨਹੀਂ ਬਣਦੇ ਸੀ ਵੀ ਸਾਡੀ ਜ਼ਮੀਨ ਨਾ ਚੱਲ ਜਾਏ ਇੰਡੀਆ 'ਚ ਜਾਂ ਕੋਈ ਹੋਰ ਕਾਰਨ ਸੀਗੇ, ਹੁਣ ਬਿਲਕੁਲ ਤੁਹਾਨੂੰ ਇਹ ਜਿੱਥੇ ਰਹਿਣਾ ਆ ਉਹਦੇ ਬਾਰੇ ਜ਼ਰੂਰ ਸੋਚਣਾ ਪੈਣਾ ਹੈਗਾ।
ਜੀ ਨਹੀਂ ਬਿਲਕੁਲ ਇਹੀ ਜਿਹੜੀਆਂ ਇਹ ਤਾਂ ਇਮੀਗ੍ਰੇਸ਼ਨ ਦੀਆਂ ਹਰਜੋਤ ਸਿੰਘ ਜੀ ਫੀਸਾਂ ਦੇ ਵਿੱਚ ਵਾਧੇ ਦੀ ਆਪਾਂ ਪਿਛਲੀ ਵਾਰੀ ਵੀ ਜਿਹੜੀ ਗੱਲ ਕੀਤੀ ਸੀ ਇਸ ਵਾਰੀ ਵੀ ਜਿਹੜੇ ਤੁਹਾਨੂੰ ਦੱਸ ਰਹੇ ਹਾਂ ਇਸ ਦੇ ਨਾਲ ਇਹ ਦੇਖੋ ਵੀ ਆਪਾਂ ਪਿਛਲੀ ਵਾਰੀ ਉਦਾਹਰਣ ਦਿੱਤਾ ਸੀ ਵੀ ਜੇ ਇੱਕ ਪਰਿਵਾਰ ਦੇ ਵਿੱਚ 4-5 ਜਾਣੇ ਆ ਤਾਂ ਉਹਨਾਂ ਦਾ ਲੱਕ ਤੋੜਵਾਂ ਜਿਹੜਾ ਖਰਚਾ ਹੈ ਉਹ ਜਿਹੜਾ ਵੱਧ ਜਾਣਾ। ਹਾਂ ਸਾਰੇ ਜਾਣੇ ਚਾਹੁੰਦੇ ਆ ਵੀ ਅਸੀਂ ਇੱਥੇ ਪੱਕੇ ਹੋਈਏ ਸਿਟੀਜ਼ਨ ਜਿਹੜੇ ਉਹ ਬਣੀਏ ਅਤੇ ਇੱਥੇ ਦੇ ਜਿਹੜੀਆਂ ਪੋਲਿਸੀਜ਼ ਆ ਉਸ ਦੇ ਵਿੱਚ ਆਪਣਾ ਵੋਟ ਪਾ ਕੇ ਜਿਹੜਾ ਅਧਿਕਾਰ ਨੂੰ ਵੀ ਜਿਹੜਾ ਉਸ ਦੀ ਵਰਤੋਂ ਕਰੀਏ ਚੰਗੀ ਗੱਲ ਆ। ਪਰ ਹੁਣ ਤਾਂ ਵੈਸੇ ਥੋੜ੍ਹੇ ਦਿਨ ਰਹਿ ਗਏ ਆ ਪਰ ਜੇ ਤੁਸੀਂ ਐਲੀਜੀਬਲ ਹੈਗੇ ਆ ਤਾਂ ਤੁਸੀਂ ਐਟਲੀਸਟ ਆਪਣੀ ਫਾਈਲ ਜਿਹੜੀ ਉਹ ਕੰਪਲੀਟ ਕਰਕੇ ਉਸ ਦੇ ਵਿੱਚ ਤੁਸੀਂ ਅਪਲਾਈ ਕਰ ਸਕਦੇ ਹੋ। ਹੁਣ ਸੌਖਾ ਕੰਮ ਇਹ ਵੀ ਹੋ ਚੁੱਕਾ ਹੈ ਤੁਹਾਨੂੰ ਸਾਰਾ ਪੇਪਰ ਵਰਕ ਇਕੱਠਾ ਕਰਕੇ ਚਿੱਠੀ ਦੇ ਰੂਪ ਦੇ ਵਿੱਚ ਜਾਂ ਉਹ ਪੈਕਟ ਬਣਾ ਕੇ ਘੱਲਣ ਦੀ ਜ਼ਰੂਰਤ ਨਹੀਂ ਆ। ਤਰੀਕੇ ਦੇ ਨਾਲ ਫੋਟੋ ਖਿੱਚ ਕੇ ਜਾਂ ਸਕੈਨ ਕਰਕੇ ਔਨਲਾਈਨ ਵੀ ਹੁਣ ਡਾਇਰੈਕਟ ਜਿਹੜਾ ਆ ਉਹ ਤੁਸੀਂ ਅਪਲਾਈ ਕਰ ਸਕਦੇ ਹੋ। ਇਹ ਤੁਹਾਡੇ ਲਈ ਬਹੁਤ ਇਹਨਾਂ ਨੇ ਆਸਾਨੀ ਦਾ ਜਿਹੜਾ ਇੱਕ ਤਰੀਕਾ ਆ ਉਹ ਸ਼ੁਰੂ ਕੀਤਾ ਹੈ ਖਾਸ ਕਰਕੇ ਜਿਨ੍ਹਾਂ ਨੇ ਸਿਟੀਜ਼ਨ ਦੇ ਲਈ N-400 ਫੋਰਮ ਜਿਹੜਾ ਉਹ ਭਰਨਾ ਹੁੰਦਾ ਹੈ ਉਹ ਤੁਸੀਂ ਔਨਲਾਈਨ ਵੀ ਡਾਇਰੈਕਟ ਜਿਹੜਾ ਉਹ ਅਪਲਾਈ ਕਰ ਸਕਦੇ ਹੋ। ਹਰਜੋਤ ਸਿੰਘ ਜੀ ਜਦੋਂ ਫੀਸਾਂ ਦੇ ਵਿੱਚ ਇਹਦੇ ਵਿੱਚ ਵਾਧਾ ਹੋਣਾ ਹੈ ਤਾਂ ਜੇ ਤੁਸੀਂ ਇਮੀਗ੍ਰੇਸ਼ਨ ਵਾਲੇ ਕੋਲ ਜਾਓਗੇ ਉਹਨੇ ਵੀ ਆਪਣੀ ਫੀਸ ਦੇ ਵਿੱਚ ਵਾਧਾ ਕਰਨਾ ਹੀ ਕਰਨਾ ਹੈ। ਓਬਵੀਅਸਲੀ ਜਿਹੜੀ ਉਹ ਫਿਰ ਉਹ ਗੱਲ ਹੈਗੀ ਆ ਵੀ ਉਹਨੇ ਵੀ ਕਹਿਣਾ ਵੀ ਲੈ ਵੀ ਹੁਣ ਸਰਵਿਸ ਚਾਰਜ ਵੀ ਤਾਂ ਉਸ ਹਿਸਾਬ ਦੇ ਨਾਲ ਹੀ ਜਿਹੜਾ ਉਹ ਵਧਣਾ ਚਾਹੀਦਾ ਆ ਜੇ ਓਵਰਆਲ ਜਿਹੜੇ ਫੀਸ ਦੇ ਵਿੱਚ ਜਿਹੜਾ ਉਹ ਵਾਧਾ ਹੋਇਆ ਆ। ਸੋ ਕਾਫੀ ਜਿਹੜੀਆਂ ਇਹ ਮਹਿੰਗਾ ਕੰਮ ਹੋ ਰਿਹਾ। ਸੋ ਇਹ ਤਰੀਕਾ ਹੀ ਹੁੰਦਾ ਆ ਜਿਹੜੀਆਂ ਪੋਲਿਸੀਜ਼ ਨੂੰ ਇਸ ਹਿਸਾਬ ਦੇ ਨਾਲ ਫੀਸਾਂ ਨੂੰ ਵਧਾ ਕੇ ਵੀ ਜਿਹੜੇ ਘੱਟ ਲੋਕ ਜਿਹੜੇ ਉਹ ਅਪਲਾਈ ਕਰਨ। ਸੋ ਬੇਸਿਕਲੀ ਅਮਰੀਕਾ ਦੇ ਨਾਲ ਇਹ ਚੀਜ਼ ਜਿਹੜੀ ਉਹ ਹੈਗੀ ਆ ਵੀ ਗਰੀਬ ਬੰਦੇ ਨੂੰ ਬਹੁਤੇ ਲਾਈਕ ਨਹੀਂ ਕਰਦੇ। ਇਹ ਰਾਸ਼ਟਰਪਤੀ ਟਰੰਪ ਨੇ ਵਾਰ ਵਾਰ ਜਿਹੜਾ ਉਹ ਦਿਖਾਇਆ ਆ ਗਰੀਬ ਬੰਦੇ ਨੂੰ ਜਿਹੜਾ ਇੰਸ਼ੋਰੈਂਸ ਵੀ ਜਿਹੜੀ ਔਖੀ ਆ ਅਤੇ ਹੋਰ ਚੀਜ਼ਾਂ ਵੀ ਜਿਹੜੀਆਂ ਉਹ ਔਖੀਆਂ ਆ। ਅਤੇ ਹੁਣ ਕਹਿੰਦੇ ਵੀ ਜੇ ਤੁਸੀਂ ਇੱਥੇ ਆਪਣੀ ਕੋਈ ਫੋਰਮ ਜਾਂ ਐਪਲੀਕੇਸ਼ਨਾਂ ਵੀ ਖਾਸ ਕਰਕੇ ਇਮੀਗ੍ਰੇਸ਼ਨ ਦੇ ਬਾਬਤ ਭਰਨੀਆਂ ਆ ਉਹ ਵੀ ਆਪਾਂ ਹੌਲੀ ਹੌਲੀ ਜਿਹੜੀਆਂ ਉਸ ਨੂੰ ਮਹਿੰਗੀਆਂ ਕਰ ਰਹੇ ਹਾਂ ਤਾਂ ਜੋ ਉਹਨਾਂ ਦੀ ਪਹੁੰਚ ਤੋਂ ਜਿਹੜਾ ਉਹ ਚੀਜ਼ਾਂ ਬਾਹਰ ਹੋ ਜਾਣ। ਅਤੇ ਨਾਲ ਹੀ ਜਿਹੜਾ ਹਰਜੋਤ ਸਿੰਘ ਜੀ ਦੱਸ ਜਾਈਏ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਜਿਹੜਾ ਮੈਡੀਕੇਅਰ ਪਾਰਟ ਬੀ ਦੇ ਜਿਹੜੇ ਪ੍ਰੀਮੀਅਮ ਹੈਗੇ ਆ ਉਹਨਾਂ ਦੇ ਰੇਟਾਂ ਦੇ ਵਿੱਚ ਵੀ ਜਿਹੜਾ ਉਹ ਵਾਧਾ ਹੋਣ ਜਾ ਰਿਹਾ ਆ। ਆਊਟ ਪੇਸ਼ੈਂਟ ਕੇਅਰ ਦੇ ਵਿੱਚ 7% ਜਿਹੜਾ ਰੇਟਸ ਦੇ ਵਿੱਚ ਅਤੇ ਜਿਹੜਾ ਡਿਡਕਟੇਬਲ ਆ ਉਸ ਦੇ ਵਿੱਚ ਵਾਧਾ ਜਿਹੜਾ ਉਹ ਹੋਵੇਗਾ। ਕਹਿੰਦੇ ਜਿਹੜੇ ਤਕਰੀਬਨ 70% ਮੈਡੀਕੇਅਰ ਦੇ ਬੈਨੀਫਿਸ਼ਰੀ ਹੈਗੇ ਨੇ ਜਿਹੜੇ ਮੈਡੀਕੇਅਰ ਲੈਂਦੇ ਨੇ ਉਹਨਾਂ ਦੇ ਪ੍ਰੀਮੀਅਮ ਜਿਹੜੇ ਵੱਧ ਕੇ $144-145 ਤੱਕ ਜਿਹੜਾ ਉਹ ਹੋਣ ਜਾ ਰਿਹਾ। $135 ਜਿਹੜੇ ਆ ਉਹ 2019 ਦੇ ਵਿੱਚ ਇਹ ਸੀਗੇ। ਤਕਰੀਬਨ $9-10 ਤੱਕ ਦਾ ਜਿਹੜਾ ਇਹ ਵਾਧਾ ਮੰਥਲੀ ਜਿਹੜਾ ਇਸ ਦੇ ਵਿੱਚ ਹੋਵੇਗਾ। ਸੋ ਇਹ ਵੀ ਚੀਜ਼ਾਂ ਜਿਹੜੀਆਂ ਗੌਰ ਕਰਨ ਲਾਇਕ ਜਿਹੜੀਆਂ ਉਹ ਹੈਗੀਆਂ ਨੇ ਵੀ ਤੁਹਾਡਾ ਹਰ ਇੱਕ ਚੀਜ਼ ਦੇ ਵਿੱਚ ਜਿਹੜੀਆਂ ਕੀਮਤਾਂ ਦੇ ਵਿੱਚ ਵਾਧਾ ਆ ਉਹ ਹੁੰਦਾ ਜਾ ਰਿਹਾ ਹੈਗਾ ਆ। ਜੀ ਅਗਲੀ ਖਬਰ ਬਾਅਦ ਚੱਲੀਏ ਜਿਹੜੀ ਹੈਗੀ ਆ ਇਮੀਗ੍ਰੇਸ਼ਨ ਦੇ ਨਾਲ ਰਿਲੇਟਡ ਆ ਵੀ ਜਿਹੜੇ ਇਮੀਗ੍ਰੈਂਟਸ ਆ ਕਿਹੜੇ ਕਿਹੜੇ ਸ਼ਹਿਰ USA ਦੇ ਵਿੱਚ ਉਹਨਾਂ ਦੇ ਹੱਕ ਦੇ ਵਿੱਚ ਹੈਗੇ ਆ ਜਿੱਥੇ ਬਹੁਤ ਜ਼ਿਆਦਾ ਜਿਹੜੀ ਉਹ ਸਿਟੀਜ਼ ਹੈਗੀਆਂ ਆ ਉਹ ਮਨੀ ਸਪੈਂਡ ਕਰ ਰਹੀਆਂ ਇਮੀਗ੍ਰੈਂਟਸ ਦੇ ਬਾਬਤ ਉਹ ਆਪਾਂ ਡਿਟੇਲ ਦੇ ਵਿੱਚ ਤੁਹਾਡੇ ਨਾਲ ਡਿਸਕਸ ਕਰਦੇ ਹਾਂ ਅਤੇ ਆਪਾਂ ਇੱਕ ਲੈਂਦੇ ਹਾਂ ਛੋਟੀ ਜਿਹੀ ਬ੍ਰੇਕ। ਸੈਕਰਮੈਂਟੋ ਚ ਬਲੇਹੋ ਚ ਵੀ 500 ਦੀ ਕਪੈਸਿਟੀ ਵਾਲਾ ਇੱਕ ਹਾਲ ਹੈਗਾ ਨਾ। ਹਾਲ ਚ ਫੁੱਲ ਬੱਤੀਆਂ ਵੀ ਲਾਉਣੇ ਆ ਤੇ ਵਿਆਹ ਦੀ ਭਾਜੀ ਚ ਸ਼ੱਕਰ ਪਾਰੇ ਵੀ ਪਾਉਣੇ ਆ। ਉਹ ਭਾਗਵਾਨੇ ਤੂੰ ਦਿਲ ਚ ਜਮਾ ਨਾ ਰੱਖ ਸ਼ੱਕ, ਉਹ ਸਾਰਾ ਕੁਛ ਹੀ ਦਿੰਦੇ ਆ ਚੱਕ। ਫਲੇਮਿੰਗੋ ਪੈਲੇਸ ਵਾਲਿਆਂ ਕੋਲ ਆਪਣਾ ਫੰਕਸ਼ਨ ਬੁੱਕ ਕਰਾਓ ਤੇ ਟੈਨਸ਼ਨ ਫ੍ਰੀ ਹੋ ਕੇ ਪ੍ਰਾਣਿਆਂ ਵਾਂਗੂ ਆਓ। ਉਹ ਦਿੰਦੇ ਨੇ ਪੂਰੇ ਕੈਲੀਫੋਰਨੀਆ ਚ ਕੇਟਰਿੰਗ ਦੀ ਸਰਵਿਸ, ਡੈਕੋਰੇਸ਼ਨ, ਡੀਜੇ, ਫੁੱਲ ਬਾਰ, ਭਾਜੀ ਤੇ ਮਠਿਆਈ ਦਾ ਪ੍ਰਬੰਧ ਵੀ ਕਰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਪਾਲ 510-325-8433, 510-325-8433, 916-334-6900-916-334-6000, 6000। ਕਿੱਥੇ ਰਹਿ ਗਏ ਤੁਸੀਂ? ਮੈਂ ਕਦ ਉਡੀਕੀ ਜਾਣਾ ਤੁਹਾਨੂੰ। ਆਹ ਲਓ ਸਾਰਾ ਸਮਾਨ। ਇੰਨਾ ਸਾਰਾ ਸਮਾਨ? ਹੋਰ ਕੀ, ਹੁਣ ਮੈਂ ਸਾਰੀਆਂ ਕੁੜਤੀਆਂ ਵੀ ਲੈ ਆਈਆਂ, ਤੁਹਾਡੀਆਂ ਪੱਗਾਂ ਵੀ ਆ ਗਈਆਂ, ਮੁੰਡੇ ਦੀ ਸ਼ੇਰਵਾਨੀ ਵੀ ਲੈ ਆਈਆਂ ਤੇ ਰੁਮਾਲਾ ਸਾਹਿਬ ਵੀ ਲੈ ਆਈਆਂ ਤੇ ਨਾਲੇ ਮੈਂ ਇੱਕ ਸਲਾਹ ਕਰਨੀ ਸੀ ਤੁਹਾਡੇ ਨਾਲ। ਹੁਣ ਆਪਣਾ ਗੋਲਡ ਖਰੀਦਣ ਵਾਲਾ ਹੀ ਰਹਿ ਗਿਆ ਤੇ ਕੱਲ ਤੁਸੀਂ ਮੇਰੇ ਨਾਲ ਚੱਲਿਓ। ਕਿੱਥੋਂ ਲੈਣਾ ਉਹ? ਬੱਗਾ ਪੈਲੇਸ ਤੋਂ ਹੀ, ਉਹਨਾਂ ਕੋਲ ਬਹੁਤ ਵਧੀਆ ਵੈਰਾਈਟੀ ਹੈ। ਅੱਛਾ, ਹਾਂ ਆਪਾਂ ਉੱਥੋਂ ਸੋਨਾ ਵੀ ਖਰੀਦ ਸਕਦੇ ਹਾਂ ਤੇ ਨਾਲੇ ਜੇ ਕੱਲ ਨੂੰ ਲੋੜ ਪੈ ਜੇ ਤਾਂ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਹਾਂ। ਲਿਆ ਤਾਂ ਬਹੁਤ ਵਧੀਆ।
ਬੱਗਾ ਪੈਲੇਸ ਤੁਹਾਡੀਆਂ ਬਹੁਤ ਸਾਰੀਆਂ ਲੋੜਾਂ ਲਈ ਇੱਕੋ ਥਾਂ। ਬੱਗਾ ਪੈਲੇਸ 6818 ਫਲੋਰਿਨ ਰੋਡ ਸੈਕਰਾਮੈਂਟੋ। ਹੋਰ ਜਾਣਕਾਰੀ ਲਈ ਰੋਹਿਤ ਜੀ ਨੂੰ ਕਾਲ ਕਰੋ 9163931872 9163981872। ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਵੋ ਤਿਆਰ। ਖਾਲਸਾ ਇੰਸ਼ੋਰੈਂਸ ਏਜੰਸੀ 408-272-2500। ਗੁਰੀ ਅੱਜ ਮੇਰਾ ਘਰੇ ਖਾਣਾ ਖਾਣ ਨੂੰ ਬਿਲਕੁਲ ਦਿਲ ਨਹੀਂ ਕਰ ਰਿਹਾ। ਚੱਲ ਫੇਰ ਕਿਤੋਂ ਬਾਹਰੋਂ ਖਾਣਾ ਖਾ ਆਉਂਦੇ ਆ। ਮੇਰਾ ਅੱਜ ਚਾਟ ਖਾਣ ਨੂੰ ਦਿਲ ਕਰਦਾ ਹੈ, ਨਾਲੇ ਛੋਲੇ ਭਟੂਰੇ। ਦੱਸ ਫੇਰ ਕਿੱਥੇ ਖਾਣਾ ਖਾਣ ਜਾਣਾ? ਆਪਾਂ ਚੱਲਦੇ ਆ ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ। ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ, ਜਿੱਥੇ ਕਿ ਤੁਸੀਂ ਵੈਜ ਨਾਨ ਵੈਜ ਖਾਣਾ ਵੀ ਖਾ ਸਕਦੇ ਹੋ, ਛੋਲੇ ਭਟੂਰੇ ਵੀ ਖਾ ਸਕਦੇ ਹੋ ਤੇ ਖਾ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਚਾਟ ਅਤੇ ਵਿਆਹ ਸ਼ਾਦੀ ਵਾਸਤੇ ਭਾਜੀ ਵੀ ਬਣਾਉਂਦੇ ਹਨ। 50 ਬੰਦਿਆਂ ਦੇ ਬੈਠ ਕੇ ਖਾਣ ਦੀ ਜਗ੍ਹਾ ਵੀ ਹੈ ਅਤੇ ਫੂਡ ਨੂੰ ਟੂ ਗੋ ਵੀ ਕਰ ਸਕਦੇ ਹੋ ਤੇ ਆਉਂਦੇ ਆਉਂਦੇ ਆਪਾਂ ਮੰਮੀ ਹੁਣਾਂ ਵਾਸਤੇ ਮਠਿਆਈਆਂ ਵੀ ਲੈ ਆਵਾਂਗੇ। ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟ 7452 ਫੁੱਟ ਹਿੱਲ ਬੁਲੇਵਾਰਡ ਰੋਜ਼ਵਿਲ ਅਤੇ ਇਹਨਾਂ ਦੀ ਨਵੀਂ ਬ੍ਰਾਂਚ 1013 ਰੈਲੀਸ ਸਟਰੀਟ ਫੋਲਸਮ ਦੀ ਗ੍ਰੈਂਡ ਓਪਨਿੰਗ ਵੀ ਹੋ ਚੁੱਕੀ ਹੈ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 248-228-4580 248-228-4580 ਅਤੇ ਇਹਨਾਂ ਨੂੰ ਕਿਚਨ ਵਿੱਚ ਹੈਲਪਰ ਦੀ ਵੀ ਜ਼ਰੂਰਤ ਹੈ। ਚੱਲ ਫਿਰ ਚੱਲੀਏ ਬੰਬੇ ਕੁਜ਼ੀਨ ਐਂਡ ਇੰਡੀਅਨ ਸਵੀਟਸ ਤੇ। ਭਾਗਵਾਨੇ ਅੱਜ ਮੈਂ ਬਹੁਤ ਖੁਸ਼ ਹਾਂ, ਮੇਰੀ ਹੋਈ ਆ ਪ੍ਰਮੋਸ਼ਨ ਤੇ ਅੱਜ ਆਪਾਂ ਚੱਲਾਂਗੇ ਬਹੁਤ ਹੀ ਸਵਾਦ ਤੇ ਵਧੀਆ ਜਿਹਾ ਪੀਜ਼ਾ ਖਾਣ, ਦਾ ਓਰਿਜਿਨਲ ਸ਼ਿਕਾਗੋਜ਼ ਪੀਜ਼ਾ ਐਂਡ ਕਰੀ ਐਲਗਰੋਵ ਵਾਲਿਆਂ ਦੇ, ਜਿੱਥੇ ਜਾ ਕੇ ਖਾਵਾਂਗੇ ਵੈਜ ਨਾਨ ਵੈਜ ਪੀਜ਼ਾ, ਨਾਲੇ ਤੇਰੇ ਪਸੰਦ ਦੇ ਪਨੀਰ ਪਕੌੜੇ ਟਿੱਕੀਆਂ ਤੇ ਛੋਲੇ ਭਟੂਰੇ ਵੀ ਮਿਲਦੇ ਆ। The original Chicago's Pizza and Curry, 9308 Elk Grove Boulevard, Suite 100 Elk Grove. Pizza baith ke bhi kha sakte ho ate take out bhi karwa sakte ho ate eh pizzas deliver bhi karde han, jitthon le sakde ho har ik tarah da chicken pizza, desi style meat pizza, paneer pizza, veggie pizza te naan pizza. Is to ilawa bread sticks, wings, salad ate pasta bhi kha sakte ho ate eh khulle rehnde han 7 din svere 11 baje ton raati 10 baje tak. Vadhere jankari layi gal kar sakte ho 916-478-4444 9164784444 ਅਤੇ ਇਹ ਸਾਰੇ ਇਵੈਂਟਸ ਦੇ ਲਈ ਕੇਟਰਿੰਗ ਵੀ ਕਰਦੇ ਹਨ। ਦਾ ਓਰਿਜਿਨਲ ਸ਼ਿਕਾਗੋਜ਼ ਪੀਜ਼ਾ ਐਂਡ ਕਰੀ ਐਲਕ ਗਰੋਵ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਕੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ ਸਰੋਤਿਓ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਟਾਈਮ ਅਪਡੇਟ ਅਮੈਰੀਕਾ ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ ਜਿਹੜੀਆਂ ਖਬਰਾਂ ਉਹ ਆਪਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ਼੍ਰੀ ਅਕਾਲ। ਧੰਨਵਾਦ ਜੀ, ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ, ਸਤਿ ਸ਼੍ਰੀ ਅਕਾਲ। ਜਿਸ ਤਰ੍ਹਾਂ ਬ੍ਰੇਕ ਤੋਂ ਪਹਿਲਾਂ ਆਪਾਂ ਰਾਜਕਰਨਵੀਰ ਸਿੰਘ ਜੀ ਡਿਸਕਸ ਕਰ ਰਹੇ ਸੀ ਵੀ ਕਿਸ ਤਰ੍ਹਾਂ ਜਿਹੜੀ USA ਦੇ ਵਿੱਚ ਇੱਕ ਜਿਹੜੀ ਨੀਡ ਅਮੈਰੀਕਨ ਇਕੋਨਮੀ ਨਾਮ ਦਾ ਇੱਕ ਬਾਈਪਾਰਟੀਸ਼ਨ ਰਿਸਰਚ ਗਰੁੱਪ ਹੈਗਾ ਆ, ਉਹਨਾਂ ਨੇ ਇੱਕ ਸਰਵੇ ਕੀਤਾ ਪੂਰੇ 51 ਪੁਆਇੰਟਸ ਨੂੰ ਲੈ ਕੇ ਵੀ ਕਿਹੜੇ ਕਿਹੜੇ ਪੁਆਇੰਟਾਂ ਦੇ ਉੱਤੇ ਜਿਹੜੇ ਇਮੀਗ੍ਰੈਂਟ ਚਾਹੇ ਉਹ ਲੀਗਲ ਆ ਜਾਂ ਇਲੀਗਲ ਆ, ਜਿਨ੍ਹਾਂ ਨੂੰ ਜਿਹੜੀ ਆ ਉਹ ਸ਼ਹਿਰ ਸਪੋਰਟ ਕਰਦੇ ਹੈਗੇ ਆ, ਵੀ ਕਿਸ ਤਰ੍ਹਾਂ ਉਹਨਾਂ ਨੂੰ ਜੋਬ ਲੱਭਣ ਦੇ ਲਈ ਲੈਂਗੁਏਜ ਵਾਈਜ਼ ਹੋਰ ਕੋਈ ਜਿਹੜੇ ਕਿਸੇ ਤਰ੍ਹਾਂ ਹੈਲਥ ਨਾਲ ਰਿਲੇਟਡ ਜਿਹੜੇ ਪ੍ਰੋਗਰਾਮ ਹੈਗੇ ਆ, ਸਕੂਲ ਨਾਲ ਰਿਲੇਟਡ ਪ੍ਰੋਗਰਾਮ ਆ, ਸੋ ਉਹਦੇ ਸੰਬੰਧ ਦੇ ਵਿੱਚ ਸ਼ਿਕਾਗੋ ਜਿਹੜਾ ਆ ਉਹ ਨੰਬਰ 1 ਆਇਆ। ਸ਼ਿਕਾਗੋ ਦੇ ਵਿੱਚ ਕਹਿੰਦੇ ਵੀ 6 ਵਿੱਚੋਂ ਇੱਕ ਬੰਦਾ ਜਿਹੜਾ ਆ ਉਹ ਇਮੀਗ੍ਰੈਂਟ ਹੈਗਾ ਆ, ਅਤੇ ਇਮੀਗ੍ਰੈਂਟਸ ਨੇ 2016 ਸਾਲ ਦੇ ਵਿੱਚ ਸ਼ਿਕਾਗੋ 'ਚ $17 billion ਦੀ ਹਾਊਸ ਹੋਲਡ ਇਨਕਮ ਲਿਆਂਦੀ ਆ ਅਤੇ $6 billion ਦਾ ਜਿਹੜਾ ਟੈਕਸ ਆ ਉਹ ਦਿੱਤਾ 2016 ਦੇ ਵਿੱਚ। ਸੋ 20,000 ਡਾਕਾ ਐਲੀਜੀਬਲ ਇੰਡੀਵਿਜੁਅਲ ਜਿਹੜੇ ਆ ਉਹ ਸ਼ਿਕਾਗੋ ਦੇ ਵਿੱਚ ਵੀ ਜਿਹੜੇ ਉਹ ਰਹਿੰਦੇ ਨੇ, ਜਿਸ ਨੂੰ ਸ਼ਿਕਾਗੋ ਨੂੰ ਵਿੰਡੀ ਸਿਟੀ ਦੇ ਨਾਲ ਨਾਮ ਦੇ ਨਾਲ ਵੀ ਜਿਹੜਾ ਉਹ ਜਾਣਿਆ ਜਾਂਦਾ ਆ। ਸੋ ਇੱਕ ਹਿਸਾਬ ਦੇ ਨਾਲ ਸੇਫ ਹੇਵਨ ਜਿਹੜਾ ਇਮੀਗ੍ਰੈਂਟ ਕਮਿਊਨਿਟੀਜ਼ ਦੇ ਲਈ ਇਹ ਸਾਬਤ ਹੋਇਆ ਆ। ਸੋ ਇਸ ਤੋਂ ਪਹਿਲਾਂ 2016 ਦੇ ਵਿੱਚ ਉੱਥੋਂ ਦੇ ਉਸ ਟਾਈਮ ਦੇ ਉੱਤੇ ਮੇਅਰ ਰਹਾਮ ਇਮੈਨੂਅਲ ਜਿਹੜੇ ਹੈਗੇ ਨੇ ਉਹਨਾਂ ਨੇ ਸ਼ਿਕਾਗੋ ਨੂੰ ਸੈਂਚੁਰੀ ਸਿਟੀ ਦਾ ਜਿਹੜਾ ਦਰਜਾ ਉਹ ਦਿੱਤਾ ਸੀਗਾ, ਜਿਸ ਬੇਸਿਕਲੀ ਜਿਹੜੇ ਟਰੰਪ ਪ੍ਰਸ਼ਾਸਨ ਦੇ ਜਿਹੜੇ ਇੱਕ ਕਹਿ ਲਓ ਵੀ
ਫਤਵੇ ਦੇ ਉੱਤੇ ਜਿਹੜਾ ਉਹਨਾਂ ਨੇ ਚੈਲੇਂਜ ਆ ਉਹ ਕਰ ਦਿੱਤਾ ਸੀਗਾ। ਸੋ ਹੋਰ ਇਹਨਾਂ ਨੇ ਜਿਉਂ ਜਿਉਂ ਸਮਾਂ ਬਤੀਤ ਹੁੰਦਾ ਰਿਹਾ ਉਹਨਾਂ ਨੇ ਹੋਰ ਨਵੇਂ ਜਿਹੜੇ ਇੰਪਲੀਮੈਂਟੇਸ਼ਨਸ ਇਹਨਾਂ ਇਮੀਗ੍ਰੈਂਟਸ ਦੇ ਲਈ ਲੀਗਲ ਪ੍ਰੋਟੈਕਸ਼ਨ ਦੇ ਲਈ ਜਿਹੜਾ ਉਹ ਵਧਾਏ ਨੇ ਅਤੇ ਫੰਡ ਵੀ ਜਿਹੜੇ ਲੋਕਾਂ ਦਾ ਆ ਉਹ ਇਸ ਦੇ ਉੱਤੇ ਵਰਤਿਆ। ਹੁਣ ਤੁਸੀਂ ਦੇਖੋ ਵੀ $6 billion ਦਾ ਰੈਵਨਿਊ ਵੀ ਜਿਹੜਾ ਆ ਇਹ ਇਮੀਗ੍ਰੈਂਟਸ ਨੇ ਉਸ ਸ਼ਹਿਰ ਨੂੰ ਦਿੱਤਾ ਹੈ ਅਤੇ ਜੇ ਉਸਦੇ ਵਿੱਚੋਂ ਕੁਛ $1 million ਉਹ ਇਮੀਗ੍ਰੈਂਟ ਦੇ ਪ੍ਰੋਟੈਕਸ਼ਨ ਦੇ ਲਈ ਵਰਤਦੇ ਆ, ਫਿਰ ਤਾਂ ਓਵਰਆਲ ਸਿਟੀ ਨੂੰ ਜਿਹੜਾ ਇਸ ਦੇ ਵਿੱਚ ਫਾਇਦਾ ਹੀ ਹੈਗਾ ਆ। ਸੋ ਬੰਦਾ ਕਈ ਵਾਰੀ ਉਹ ਦੇਖਦਾ ਵੀ ਜਿਹੜਾ $100 million ਉਹਨਾਂ ਨੇ ਲਾ ਦਿੱਤਾ, ਪਰ ਇਹ ਚੀਜ਼ ਜਿਹੜੀ ਉਹ ਰਹਿ ਜਾਂਦੀ ਆ ਵੀ ਉਹ ਜਿਹੜੇ ਇਮੀਗ੍ਰੈਂਟਸ ਆ ਉਹਨਾਂ ਨੇ ਟੈਕਸ ਦੇ ਵਿੱਚ ਕਿੰਨੀ ਜਿਹੜੀ ਆ ਉਹ ਪਾਈ ਆ। ਹੁਣ ਜਿੱਦਾਂ ਆਪਾਂ ਕੈਲੀਫੋਰਨੀਆ ਦੇ ਵਿੱਚ ਵੇਖਦੇ ਹਾਂ ਵੀ $95 million ਦਾ ਜਿਹੜਾ ਉਹਨਾਂ ਨੇ ਹੈਲਥ ਬੈਨੀਫਿਟ ਜਿਹੜੇ ਅਨਡਾਕੂਮੈਂਟਡ ਇਮੀਗ੍ਰੈਂਟਸ ਨੂੰ ਦਿੱਤੇ ਆ, ਪਰ ਉਹਨਾਂ ਦੇ ਦੁਆਰਾ ਜਿਹੜੀ ਕਮਾਈ ਕਰਕੇ ਸਟੇਟ ਨੂੰ ਜਿਹੜੀ ਮਿਲਦੀ ਆ ਉਸ ਤੋਂ ਕਾਫੀ ਗੁਣਾ ਜਿਹੜੀ ਉਹ ਜ਼ਿਆਦਾ ਹੈਗੀ ਆ। ਸੋ ਸ਼ਿਕਾਗੋ ਜਿਹੜਾ No. 1 ਆ, No. 2 ਦੇ ਉੱਤੇ ਚੁੱਲਾ ਵਿਸਤਾ ਕੈਲੀਫੋਰਨੀਆ ਆਇਆ ਹੈਗਾ, ਅਤੇ ਸੈਨ ਫਰਾਂਸਿਸਕੋ No. 4 'ਚ, ਅਤੇ No. 7 ਦੇ ਉੱਤੇ ਜਿਹੜੇ ਟਾਈਡ ਹੋਏ ਹੈਗੇ ਆ ਐਨਾਹਿਮ ਕੈਲੀਫੋਰਨੀਆ, ਨਿਊਯਾਰਕ ਨਿਊ ਜਰਸੀ ਅਤੇ ਸੈਨੋਜ਼ ਕੈਲੀਫੋਰਨੀਆ, ਅਤੇ ਇਸੇ ਤਰ੍ਹਾਂ No. 8 ਦੇ ਉੱਤੇ ਲੋਸ ਏਂਜਲਸ ਕੈਲੀਫੋਰਨੀਆ ਅਤੇ ਪੋਰਟਲੈਂਡ ਓਰੇਗਨ। ਸਿਆਟਲ ਜਿਹੜਾ No. 13 'ਤੇ ਆਇਆ, ਫਰੀਮੌਂਟ ਜਿਹੜਾ ਸਾਡਾ ਗੁਆਂਢੀ ਸ਼ਹਿਰ ਹੈਗਾ No. 15 'ਤੇ, ਫਰੀਮੌਂਟ ਕੈਲੀਫੋਰਨੀਆ, ਰਿਵਰਸਾਈਡ ਕੈਲੀਫੋਰਨੀਆ ਅਤੇ ਸੈਕਰਾਮੈਂਟੋ ਕੈਲੀਫੋਰਨੀਆ। No. 16 'ਤੇ ਇਰਵਾਈਨ ਜਿਹੜੀ ਆ ਕੈਲੀਫੋਰਨੀਆ ਦੀ ਸਿਟੀ ਆਈ ਹੈਗੀ ਆ। ਸੋ ਇਹ ਸ਼ਹਿਰ ਜਿਹੜੇ ਆ ਕਹਿੰਦੇ ਬਹੁਤ ਹੀ ਜ਼ਿਆਦਾ ਜਿਹੜੇ ਆ ਇਮੀਗ੍ਰੈਂਟ ਫਰੈਂਡਲੀ ਸ਼ਹਿਰ ਹੈਗੇ ਆ। ਜੀ ਜੀ ਬਿਲਕੁਲ, ਇਸ ਤਰੀਕੇ ਦੇ ਨਾਲ ਕਿਉਂਕਿ ਕਈ ਸ਼ਹਿਰਾਂ ਦੇ ਵਿੱਚ ਉਹਨਾਂ ਦੇ ਜਿਹੜੇ ਹੱਕ ਦੇ ਲਈ ਜਿੱਦਾਂ ਆਪਾਂ ਫੰਡਸ ਦੀ ਗੱਲ ਕੀਤੀ ਆ, ਉੱਦਾਂ ਦੀਆਂ ਚੀਜ਼ਾਂ ਅਤੇ ਹੋਰ ਕਈ ਚੀਜ਼ਾਂ ਜਿਹੜੀਆਂ ਉਹਨਾਂ ਦੇ ਲਈ ਵਿਸ਼ੇਸ਼ ਪ੍ਰੋਗਰਾਮ ਜਿਹੜੇ ਉਹ ਨਾਲ ਦੇ ਨਾਲ ਚੱਲ ਰਹੇ ਹੈਗੇ ਨੇ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਹਾਂ, ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੀ ਇੱਕ ਰਿਪੋਰਟ ਕਹਿੰਦੇ ਆ ਉਹ ਸਾਹਮਣੇ ਆਈ ਆ, ਜਿਸ ਦੇ ਵਿੱਚ ਇਹ ਕਹਿੰਦੇ ਆ ਵੀ ਪਤਾ ਲੱਗ ਰਿਹਾ ਆ ਵੀ ਜਿਹੜੇ ਰਾਸ਼ਟਰਪਤੀ ਟਰੰਪ ਦਾ ਇੱਕ ਵਿਵਾਦਿਤ ਜਿਹੜਾ ਪ੍ਰੋਗਰਾਮ ਜਿਸ ਦੇ ਵਿੱਚ ਅਸਾਇਲਮ ਸੀਕਰਸ ਆ ਉਹਨਾਂ ਨੂੰ ਮੈਕਸੀਕੋ ਦੇ ਵਿੱਚ ਰਿਮੇਨ ਇਨ ਮੈਕਸੀਕੋ ਵਾਲਾ ਜਿਹੜਾ ਇੱਕ ਪ੍ਰੋਗਰਾਮ ਆ ਉਸ ਦੇ ਉੱਤੇ ਜਿਹੜੇ ਉਸ ਨੂੰ ਲੈ ਕੇ ਬਾਰਡਰ ਦੇ ਉੱਤੇ ਕਈ ਤਰੀਕੇ ਦੀ ਜਿਹੜੀ ਆ ਉਹ ਖਿੱਚੋਤਾਣ ਉਹ ਚੱਲ ਰਹੀ ਆ। ਇਸ ਰਿਪੋਰਟ ਦੇ ਮੁਤਾਬਕ ਤਾਂ ਕਈ ਲੋਕ ਜਿਹੜੇ ਇਹ ਕਹਿ ਰਹੇ ਨੇ ਵੀ ਜਿਹੜੇ US ਬਾਰਡਰ ਅਫੀਸ਼ੀਅਲ ਆ ਜਿਹੜੇ ਅਸਾਇਲਮ ਦੇ ਆਫੀਸਰਸ ਆ ਉਹਨਾਂ ਨੂੰ ਉਹ ਪ੍ਰੈਸ਼ਰ ਕਰ ਰਹੇ ਸੀਗੇ ਵੀ ਜਿਹੜੇ ਬਹੁਤੇ ਲੋਕਾਂ ਨੂੰ ਜਿਹੜਾ ਅਸਾਇਲਮ ਆ ਉਹ ਨਾ ਦਿੱਤਾ ਜਾਵੇ, ਉਹਨਾਂ ਨੂੰ ਡਿਨਾਈ ਕੀਤਾ ਜਾਵੇ ਤਾਂ ਜੋ ਉਹ ਅਮੈਰੀਕਾ ਦੇ ਵਿੱਚ ਦਾਖਲ ਜਿਹੜਾ ਉਹ ਨਾ ਹੋ ਸਕਣ। ਸੋ ਇਦਾਂ ਦੇ ਜਿਹੜੇ ਕਲੇਮ ਆ ਜਿਹੜੇ ਆ ਉਹ ਕਈ ਲੋਕਾਂ ਨੇ ਕੀਤੇ ਆ। ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਦੇ ਦੁਆਰਾ ਮਾਈਗ੍ਰੇਸ਼ਨ ਪ੍ਰੋਟੈਕਸ਼ਨ ਪ੍ਰੋਟੋਕਾਲ ਪ੍ਰੋਗਰਾਮ ਆ ਉਹ ਇਸ ਸਾਲ ਦੇ ਵਿੱਚ ਇੰਪਲੀਮੈਂਟ ਆ ਉਹ ਕੀਤਾ ਗਿਆ ਸੀਗਾ, ਜਿਸ ਕਰਕੇ ਕਹਿੰਦੇ 50,000 ਤੋਂ ਵੱਧ ਜਿਹੜੇ ਲੋਕ ਆ ਮੈਕਸੀਕੋ ਦੇ ਵਿੱਚ ਉਹ ਰਹਿਣਗੇ ਜਿੰਨੀ ਦੇਰ ਤੱਕ ਉਹਨਾਂ ਦੇ ਕੇਸਾਂ ਦੀ ਜਿਹੜੀ ਆ ਸੁਣਵਾਈ ਜਾਂ ਕੋਈ ਫੈਸਲਾ ਆ ਅਮਰੀਕਾ ਦੇ ਇਮੀਗ੍ਰੇਸ਼ਨ ਕੋਰਟਸ ਦੇ ਜ਼ਰੀਏ ਕੋਈ ਫੈਸਲਾ ਉਸਦਾ ਉਹ ਨਹੀਂ ਆ ਜਾਂਦਾ। ਸੋ ਇਹ ਜਿਹੜੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਅਧਿਕਾਰੀ ਨੇ ਜਿਹੜਾ ਆ ਇਹ ਵੀ ਇਸ ਦੇ ਵਿੱਚ ਆਖਿਆ, ਕਹਿੰਦੇ ਵੀ ਇਹਨਾਂ ਸਾਰੀਆਂ ਚੀਜ਼ਾਂ ਤੋਂ ਇਹ ਵੀ ਨਾਲ ਦੇ ਨਾਲ ਪਤਾ ਲੱਗਦਾ ਵੀ ਇਹ ਜਿਹੜਾ ਪ੍ਰੋਗਰਾਮ ਆ ਸਹੀ ਤਰੀਕੇ ਦੇ ਨਾਲ ਵੀ ਜਿਹੜਾ ਉਹ ਨਹੀਂ ਚੱਲ ਰਿਹਾ ਹੈਗਾ, ਕਿਉਂਕਿ ਉਸ ਦਾ ਕ੍ਰਿਟੀਸਿਜ਼ਮ ਵਿਵਾਦ ਵੀ ਜਿਹੜੇ ਇਸ ਦੇ ਨਾਲ ਕਈ ਲਗਾਤਾਰ ਜੁੜਦੇ ਜਾ ਰਹੇ ਨੇ। ਜੀ ਸੋ ਬਿਲਕੁਲ, ਪੋਲੀਟੀਕਲ ਅਸਾਇਲਮ ਨੂੰ ਲੈ ਕੇ ਜਿਹੜੀ ਇੱਕ ਕੰਡੀਸ਼ਨ ਜ਼ਰੂਰ ਹੈਗੀ ਆ ਵੀ ਜੇ ਕਿਸੇ ਮੁਲਕ ਦੇ ਵਿੱਚ ਵਾਇਲੈਂਸ ਹੋ ਰਹੀ ਹੈਗੀ ਆ, ਕ੍ਰਾਈਮ ਵਧਿਆ ਹੋਇਆ, ਤਾਂ ਉਹ ਬੰਦਾ ਜਿਹੜਾ ਪੋਲੀਟੀਕਲ ਅਸਾਇਲਮ ਨਹੀਂ ਲੈ ਸਕਦਾ। ਪੋਲੀਟੀਕਲ ਅਸਾਇਲਮ ਦੀਆਂ ਡਿਫਰੈਂਟ ਕੰਡੀਸ਼ਨਸ USA ਨੇ ਰੱਖੀਆਂ ਵੀ ਜੇ ਤੁਹਾਡੇ ਧਰਮ 'ਤੇ, ਰੇਸ, ਕਲਰ 'ਤੇ ਜਾਂ ਤੁਹਾਡਾ ਪੋਲੀਟੀਕਲ ਵਿਊ ਪੁਆਇੰਟ ਹੈਗਾ ਆ, ਤੁਹਾਨੂੰ ਉਹਦੇ ਬੇਸ ਦੇ ਉੱਤੇ ਕਿਸੇ ਤਰ੍ਹਾਂ ਖਤਰਾ ਹੈਗਾ ਜਿਹੜੇ ਮੁਲਕ 'ਚੋਂ ਤੁਸੀਂ ਆ ਰਹੇ ਹਾਂ, ਫਿਰ ਅਸੀਂ ਪੋਲੀਟੀਕਲ ਅਸਾਇਲਮ ਦਿੰਦੇ ਹੈਗੇ ਹਾਂ। ਸੋ ਕੈਨ ਕੁਸਰੀਆਂ ਨੈਲੀ ਜਿਹੜੇ ਹੈਗੇ ਆ ਉਹ ਹਾਰਡ ਲਾਈਨਰ ਕਾਫੀ ਗਿਣੇ ਜਾ ਰਹੇ ਆ। ਇਸ ਵੇਲੇ ਉਹਨਾਂ ਨੂੰ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਵਿੱਚ No. 2 ਜਿਹੜੀ ਪੋਜੀਸ਼ਨ ਉਹ ਦਿੱਤੀ ਹੋਈ ਹੈਗੀ ਆ। ਸੋ ਉਹ ਆਪਾਂ ਦੇਖਦੇ ਹਾਂ ਵੀ ਅਲੱਗ ਅਲੱਗ ਜਿਹੜੀਆਂ ਕੈਟਾਗਰੀਜ਼ ਹੈਗੀਆਂ ਉਹਨੂੰ ਸਖ਼ਤ ਤੋਂ ਸਖ਼ਤ ਕਰਦੇ ਜਾ ਰਹੇ ਹੈਗੇ ਆ। ਜੀ ਜੀ, ਅਤੇ ਅਗਲੀ ਜਿਹੜੀ ਹਰਜੋਤ ਸਿੰਘ ਜੀ ਇਸੇ ਦੇ ਨਾਲ ਹੀ ਸੰਬੰਧਿਤ ਜਿਹੜੀ ਇੱਕ ਖਬਰ ਵੀ ਹੈਗੀ ਆ, ਅਸਾਇਲਮ ਕਹਿੰਦੇ ਆਫੀਸਰਸ ਆ ਕਈ ਹੁਣ ਜਿਹੜੇ ਰਾਸ਼ਟਰਪਤੀ ਟਰੰਪ ਦੀਆਂ ਜਿਹੜੀਆਂ ਇੰਨੀਆਂ ਪੋਲਿਸੀਜ਼ ਹੈਗੀਆਂ ਆ ਉਸ ਦੇ ਖਿਲਾਫ਼ ਬਗਾਵਤ ਵੀ ਜਿਹੜੀ ਉਹ ਕਰ ਰਹੇ ਆ। ਉਹ ਇਹ ਹਵਾਲਾ ਦੇ ਰਹੇ ਆ ਵੀ ਕਹਿੰਦੇ ਵੀ ਇਹ ਜਿਹੜੀਆਂ ਪੋਲਿਸੀਜ਼ ਆ ਇਮੋਰਲ ਆ ਅਤੇ ਇਲੀਗਲ ਆ, ਇਹ ਗੈਰ ਕਾਨੂੰਨੀ ਵੀ ਹੈਗੀਆਂ ਅਤੇ ਇੱਕ ਹਿਸਾਬ ਦੇ ਨਾਲ ਇਨਸਾਨੀਅਤ ਪੱਧਰ ਦੇ ਉੱਤੇ ਇਹ ਜਿਹੜੀਆਂ ਮਾੜੀਆਂ ਹੈਗੀਆਂ ਆ। ਡੱਗ ਸਟੀਵਨਸ ਨਾਂ ਦਾ ਜਿਹੜਾ ਇੱਕ ਫੈਡਰਲ ਇੰਪਲੋਈ ਜਿਹੜਾ ਹੈਗਾ ਆ ਉਹ ਕਹਿ ਰਿਹਾ ਆ ਵੀ ਉਹ ਜਿਹੜੇ ਰਾਸ਼ਟਰਪਤੀ ਟਰੰਪ ਦੀ ਲੇਟੈਸਟ ਪੋਲਿਸੀ ਹੈਗੀ ਆ ਰਿਮੇਨ ਇਨ ਮੈਕਸੀਕੋ ਵਾਲੀ, ਜਿਸ ਦੇ ਬਾਰੇ ਆਪਾਂ ਹੁਣੇ ਚਰਚਾ ਵੀ ਕਰਕੇ ਹਟੇ ਹਾਂ,
ਵੀ ਉਹ ਹੁਣ ਇਸ ਪੋਲਿਸੀ ਨੂੰ ਜਿਹੜਾ ਉਹ ਸ਼ਾਇਦ ਲਾਗੂ ਨਾ ਕਰਨ। ਕਹਿੰਦੇ 2 ਦਿਨਾਂ ਦਾ ਉਸ ਦੇ ਕੋਲ ਵਕਫਾ ਹੈਗਾ ਆ ਵੀ ਉਹ ਡਿਸਾਈਡ ਕਰਨ ਦੇ ਲਈ ਵੀ ਉਹ ਇਸ ਦੇ ਵੱਲ ਕਿੱਦਾਂ ਜਿਹੜਾ ਉਹ ਫੈਸਲਾ ਲਵੇਗਾ ਕਿ ਉਸ ਪ੍ਰੋਟੋਕੋਲ ਨੂੰ ਉਸ ਪੋਲਿਸੀ ਨੂੰ ਲਾਗੂ ਕਰੂਗਾ ਜਾਂ ਫਿਰ ਉਹ ਨਹੀਂ ਕਰੂਗਾ। ਕਹਿੰਦਾ ਵੀ ਹੁਣ ਉਹ ਹਾਲ ਦੀ ਘੜੀ ਕਹਿੰਦਾ ਵੀ ਉਹ ਕਿਸੇ ਵੀ ਹੋਰ ਇਮੀਗ੍ਰੈਂਟ ਨੂੰ ਇੰਟਰਵਿਊ ਜਿਹੜਾ ਉਹ ਨਹੀਂ ਕਰੂਗਾ ਤਾਂ ਜੋ ਉਹਨਾਂ ਨੂੰ ਉਹ ਵਾਪਸ ਜਿਹੜਾ ਉਹਨਾਂ ਦੇ ਮੁਲਕ ਦੇ ਵਿੱਚ ਘੱਲਿਆ ਜਾਵੇ ਜਿੱਥੇ ਉਹਨਾਂ ਦੇ ਕਹਿਣ ਮੁਤਾਬਕ ਉਹਨਾਂ ਦੀ ਜਾਨ ਨੂੰ ਜਿਹੜਾ ਖਤਰਾ ਉਹ ਹੈਗਾ ਆ। ਸੋ ਇਹ ਜਿਹੜੀਆਂ ਚੀਜ਼ਾਂ ਹਰਜੋਤ ਸਿੰਘ ਜੀ ਇਸ ਟਾਈਮ ਸਾਹਮਣੇ ਆਈਆਂ ਹੈਗੀਆਂ ਆ। ਅਤੇ ਉਸਨੇ ਜਿਹੜਾ ਇਹ ਆਖਿਆ ਆ ਉਹ ਫੈਡਰਲ ਇੰਪਲੋਈ ਵੀ ਹੈਗਾ ਜਿੱਦਾਂ ਆਪਾਂ ਦੱਸਿਆ ਅਤੇ ਕਹਿੰਦੇ ਵੀ ਉਹ ਟ੍ਰੇਨਡ ਅਟਰਨੀ ਵੀ ਹੈਗਾ। ਕਹਿੰਦੇ ਵੀ 5 ਇੰਟਰਵਿਊਜ਼ ਉਹਦੇ ਲਈ ਅਸਾਈਨ ਕੀਤੀਆਂ ਗਈਆਂ ਆ ਇਹ ਨਿਰਧਾਰਿਤ ਕਰਨ ਦੇ ਲਈ ਵੀ ਵੀ ਇਹ 5 ਦੇ ਵਿੱਚੋਂ ਕਿੰਨਿਆਂ ਨੂੰ ਜਿਹੜਾ ਆਪਾਂ ਅਸਾਈਲਮ ਜਿਹੜਾ ਉਹ ਦੇ ਸਕਦੇ ਹਾਂ। ਅਤੇ ਉਹਨੇ ਕਿਹਾ ਵੀ ਪੇਸ਼ੇ ਦੇ ਮੁਤਾਬਕ ਮੈਂ ਇਹ ਕਹਿਣਾ ਚਾਹੁੰਦਾ ਵੀ ਇਹ 2 ਮੈਨੀ ਹੈਗੀਆਂ ਇੱਕ ਦਿਨ ਦੇ ਲਈ ਇਹ ਡਿਸਾਈਡ ਕਰਨ ਦੇ ਲਈ ਵੀ ਇੱਦਾਂ ਜਿਹੜਾ ਉਹ ਨਾ ਹੋਵੇ। ਅਤੇ ਕਹਿੰਦੇ ਵੀ ਹੋ ਸਕਦਾ ਆ ਵੀ ਇਸ ਨੂੰ ਇਹ ਜਿਹੜੀ ਆ ਜਿਹੜੀ ਪੋਲਿਸੀ ਬਣੀ ਆ ਉਸ ਦੇ ਉੱਤੇ ਨਾ ਕੰਮ ਕਰਨ ਕਰਕੇ ਇਸ ਨੂੰ ਫਾਇਰ ਵੀ ਜਿਹੜਾ ਉਹ ਕਰ ਦਿੱਤਾ ਜਾਵੇ। ਜੀ ਬਿਲਕੁਲ। ਅਗਲੀ ਖਬਰ ਬਾਅਦ ਚੱਲੀਏ ਜਿਹੜੀ ਵਾਸ਼ਿੰਗਟਨ DC ਤੋਂ ਆ ਰਹੀ ਆ। ਕਹਿੰਦੇ ਵੀ ਉੱਥੇ ਵਾਈਟ ਹਾਊਸ ਦੇ ਬਿਲਕੁਲ ਲਾਗੇ ਹੀ ਇੱਕ ਰੈਸਟੋਰੈਂਟ ਜਿਹੜਾ ਖੋਲ੍ਹਿਆ ਗਿਆ ਜਿਹਦਾ ਨਾਂ ਇਮੀਗ੍ਰੈਂਟ ਫੂਡ ਕਰਕੇ ਰੱਖਿਆ ਗਿਆ ਹੈ। ਵੱਖ ਵੱਖ ਮੁਲਕਾਂ ਦੇ ਜਿਹੜੇ ਜੋ ਫੂਡ ਹੈਗੇ ਆ ਉਹ ਲੰਚ ਦੇ ਵਿੱਚ ਉੱਥੇ ਜਿਹੜੇ ਸਰਵ ਕੀਤੇ ਜਾਂਦੇ ਆ, ਚਾਹੇ ਕੋਈ ਜਰਮਨ, ਇਟਲੀ, ਸੈਂਟਰਲ ਅਮੈਰੀਕਾ। ਅਤੇ ਕਹਿੰਦੇ ਵੀ ਜਿੱਦਣ ਦਾ ਇਹ ਖੁੱਲ੍ਹਾ ਹੈਗਾ ਉੱਦਣ ਦੀਆਂ ਉੱਥੇ ਲਾਈਨਾਂ ਜਿਹੜੀਆਂ ਲੱਗੀਆਂ ਹੋਈਆਂ। ਪੀਟਰ ਸਚੈਚਰ ਨਾਮ ਦੇ ਇਸ ਬੰਦਰ ਨੇ ਜਿਹੜਾ ਆ ਇਸ ਰੈਸਟੋਰੈਂਟ ਨੂੰ ਖੋਲ੍ਹਿਆ ਹੈਗਾ ਆ। ਅਤੇ ਪੀਟਰ ਜਿਹੜਾ ਆ ਕਹਿੰਦੇ ਵੀ ਇਹ ਸੀਜ਼ਨ ਪੋਲੀਟੀਕਲ ਕੰਸਲਟੈਂਟ ਹੈਗਾ ਵੈਟਰਨਸ ਦਾ, ਵੈਟਰਨ ਦੇ ਹੱਕ ਦੇ ਲਈ ਇਹ ਲੜਦਾ ਹੈਗਾ ਅਤੇ ਇਸ ਨੇ ਇਹ ਜਿਹੜਾ ਰੈਸਟੋਰੈਂਟ ਖੋਲ੍ਹਿਆ ਹੈਗਾ। ਜੀ, ਪਿਊ ਰਿਸਰਚ ਸੈਂਟਰ ਦੀ ਇੱਕ ਨਵੀਂ ਹਰਜੋਤ ਸਿੰਘ ਜੀ ਰਿਪੋਰਟ ਉਹ ਸਾਹਮਣੇ ਆਈ ਆ ਜਿਹੜੀ ਯੂਰਪ ਦੇ ਵਿੱਚ ਅਨਔਥੋਰਾਈਜ਼ਡ ਇਮੀਗ੍ਰੈਂਟ ਪਾਪੂਲੇਸ਼ਨ ਆ ਉਸ ਦੇ ਬਾਰੇ ਜਿਹੜੀ ਉਹ ਜਾਣਕਾਰੀ ਦਿੰਦੀ ਆ। ਕਹਿੰਦੇ ਵੀ 2016 ਦੇ ਵਿੱਚ ਜਿਹੜੀ ਅਨਔਥੋਰਾਈਜ਼ਡ ਇਮੀਗ੍ਰੈਂਟ ਪਾਪੂਲੇਸ਼ਨ ਪੂਰੇ ਯੂਰਪ ਦੇ ਵਿੱਚ ਸਭ ਤੋਂ ਜ਼ਿਆਦਾ ਚਰਨ ਸੀਮਾ ਦੇ ਉੱਤੇ ਜਿਹੜੀ ਸੀਗੀ। ਹਾਇਰ ਐਸਟੀਮੇਟ ਦੇ ਮੁਤਾਬਕ ਤਕਰੀਬਨ 5.3 ਮਿਲੀਅਨ ਲੋਕ ਅਤੇ ਲੋ ਐਸਟੀਮੇਟ ਦੇ ਮੁਤਾਬਕ 4.1। ਸੋ 4 ਤੋਂ 5 ਮਿਲੀਅਨ ਲੋਕ ਜਿਹੜੇ ਆ ਉਸ ਵਰ੍ਹੇ ਦੇ ਵਿੱਚ ਜਿਹੜੇ ਆ ਅਨਔਥੋਰਾਈਜ਼ਡ ਇਮੀਗ੍ਰੈਂਟ ਆ ਉਹ ਯੂਰਪ ਦੇ ਵਿੱਚ ਸੀਗੇ। ਅਤੇ ਕਹਿੰਦੇ 2017 ਦੇ ਵਿੱਚ ਇਹ ਅੰਕੜਾ ਹੁਣ ਥੋੜ੍ਹਾ ਜਿਹਾ ਉਸ ਦੇ ਨਾਲੋਂ ਉਹ ਘਟਿਆ ਹੈਗਾ ਆ ਯੂਰਪ ਦੇ ਵਿੱਚ, ਕਿਉਂਕਿ ਜਿਹੜਾ ਮਿਡਲ ਈਸਟ ਆ ਉਸ ਇਲਾਕੇ ਦੇ ਵਿੱਚ ਬਹੁਤ ਸਾਰੇ ਮੁਲਕਾਂ ਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਪ੍ਰੋਬਲਮ ਆ ਪਿਛਲੇ ਲੰਮੇ ਸਮੇਂ ਤੋਂ ਜਿਹੜੀ ਚੱਲ ਰਹੀ ਆ, ਜਿਸ ਕਰਕੇ ਲੋਕ ਲਗਾਤਾਰ ਉੱਥੋਂ ਪਲਾਇਨ ਜਿਹੜਾ ਉਹ ਕਰ ਰਹੇ ਨੇ ਅਤੇ ਆਪਣੀ ਜਾਨ ਜਿਹੜੀ ਜੋਖਮ 'ਚ ਪਾ ਕੇ ਉਹ ਟਰਾਈ ਕਰ ਰਹੇ ਨਾ ਕਿਸੇ ਤਰੀਕੇ ਦੇ ਨਾਲ ਯੂਰਪ ਦੇ ਵਿੱਚ ਉਹਨਾਂ ਨੂੰ ਦਾਖਲਾ ਮਿਲੇ। ਯੂਰਪੀਅਨ ਸੰਘ ਦੇ ਵੱਲੋਂ ਪਿਛਲੇ ਕਈ ਸਾਲਾਂ ਤੋਂ ਇੱਦਾਂ ਦੀਆਂ ਪੋਲਿਸੀਜ਼ ਜਿਹੜੀਆਂ ਉੱਥੇ ਸੀਗੀਆਂ ਚੱਲ ਰਹੀਆਂ ਸੀ, ਜਿਸ ਦੇ ਵਿੱਚ ਹਰ ਮੁਲਕ ਨੂੰ ਆਖਿਆ ਜਾ ਰਿਹਾ ਸੀਗਾ ਵੀ ਤੁਸੀਂ ਕੁਛ ਕੁ ਹਜ਼ਾਰ ਜਿਹੜੇ ਅਸਾਈਲਮ ਵਾਲੇ ਆ ਰਿਫਿਊਜੀ ਆ ਉਹਨਾਂ ਨੂੰ ਆਪਣੇ ਜਿਹੜੇ ਮੁਲਕ ਦੇ ਵਿੱਚ ਸ਼ਰਨ ਦਿਓ, ਜਿਸ ਕਰਕੇ ਯੂਰਪ ਦੇ ਵਿੱਚ ਵੀ ਇਹ ਜਿਹੜਾ ਰਾਸ਼ਟਰਵਾਦ ਦਾ ਮੁੱਦਾ ਉਸ ਤੋਂ ਬਾਅਦ ਦੇ ਵਿੱਚ ਕਾਫੀ ਜ਼ਿਆਦਾ ਜਿਹੜਾ ਉਹ ਭਖਿਆ। ਬਹੁਤ ਸਾਰੇ ਜਿਹੜੀਆਂ ਕੰਟਰੀਜ਼ ਆ ਬਹੁਤ ਸਾਰੇ ਮੁਲਕਾਂ ਦੇ ਵਿੱਚ ਜਿਹੜੀਆਂ ਫਾਰ ਰਾਈਟ ਜਿਹੜੇ ਕਹਿ ਲਓ ਵੀ ਰਾਸ਼ਟਰਵਾਦ ਵਾਲੀਆਂ ਜਿਹੜੀਆਂ ਆ ਪੋਲੀਟੀਕਲ ਪਾਰਟੀਜ਼ ਆ ਉਹਨਾਂ ਦੀ ਜਿਹੜਾ ਜਨਮ ਵੀ ਹੋਇਆ ਅਤੇ ਮੁੜ ਉਭਾਰ ਵੀ ਜਿਹੜਾ ਆ ਉਸ ਦੇ ਵਿੱਚ ਦੇਖਿਆ ਗਿਆ। ਜਰਮਨੀ ਦੇ ਵਿੱਚ ਵੀ ਆਪਾਂ ਦੇਖਿਆ, ਫਰਾਂਸ ਦੇ ਵਿੱਚ ਵੀ ਆਪਾਂ ਇਹ ਚੀਜ਼ਾਂ ਜਿਹੜੀਆਂ ਉਹ ਦੇਖੀਆਂ। ਹਾਲ ਦੀ ਘੜੀ ਉਹਨਾਂ ਜਿਹੜੀ ਕਹਿ ਲਓ ਵੀ ਪਾਰਟੀਆਂ ਦੇ ਕੋਲ ਬਹੁਮਤ ਜਿਹੜੀ ਉਹ ਨਹੀਂ ਆਈ, ਪਰ ਜੇ ਉਹ ਆਉਂਦੀ ਆ ਬਹੁਮਤ ਤਾਂ ਉਹਦੇ ਕਰਕੇ ਜਿਹੜੇ ਰਿਫਿਊਜੀ ਉੱਥੇ ਰਹਿ ਰਹੇ ਨੇ ਯੂਰਪ ਦੇ ਵਿੱਚ ਇਸ ਤਰੀਕੇ ਦੇ ਨਾਲ ਉਹਨਾਂ ਦੇ ਲਈ ਕਾਫੀ ਜਿਹੜਾ ਆ ਉਹ ਪ੍ਰੋਬਲਮ ਜਿਹੜੀ ਉਹ ਆ ਸਕਦੀ ਆ। ਸੋ ਪਿਊ ਰਿਸਰਚ ਇਹ ਕਹਿੰਦੀ ਵੀ 2016 ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੇ ਅਨਔਥੋਰਾਈਜ਼ਡ ਇਮੀਗ੍ਰੈਂਟ ਉਹ ਯੂਰਪ ਦੇ ਵਿੱਚ ਸੀਗੇ, ਹੁਣ ਪਹਿਲਾਂ ਦੇ ਨਾਲੋਂ ਉੱਦਾਂ ਇਹ ਘਟੇ ਨੇ। ਜੀ, ਅਗਲੀ ਖਬਰ ਚੱਲੀਏ ਜਿਹੜੀ ਨਿਊਯਾਰਕ ਤੋਂ ਆ ਰਹੀ ਆ। ਨਿਊਯਾਰਕ ਦੇ ਵਿੱਚ ਅਗਲੇ ਮਹੀਨੇ ਤੋਂ ਜਿਹੜੇ ਆ ਨਿਊਯਾਰਕ ਦੀ ਸਟੇਟ ਆ ਉਹ ਅਨਡਾਕੂਮੈਂਟਡ ਜਿਹੜੇ ਲੋਕ ਹੈਗੇ ਉਹਨਾਂ ਨੂੰ ਲਾਈਸੈਂਸ, ਡਰਾਈਵਿੰਗ ਲਾਈਸੈਂਸ ਇਸ਼ੂ ਕਰਨ ਜਾ ਰਹੀ ਆ। ਅਤੇ ਉੱਥੇ ਜਿਹੜੇ ਉਹਨਾਂ ਦੇ DMV ਦੇ ਬਹੁਤ ਸਾਰੇ ਕਲਰਕ ਆ ਉਹ ਕਹਿੰਦੇ ਵੀ ਅਸੀਂ ਇਸ ਕੰਮ ਦੇ ਵਿੱਚ ਹਿੱਸਾ ਨਹੀਂ ਲੈਣਾ। ਸੋ ਕਹਿੰਦੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਜਿਹੜੀ ਇੱਕ ਪੋਲੀਟੀਕਲ ਕਲੈਸ਼ ਆ ਨਿਊਯਾਰਕ ਦੇ ਵਿੱਚ ਦੇਖੀ ਜਾ ਸਕਦੀ ਹੈ। ਜੀ, ਇੱਦਾਂ ਆਲਰੇਡੀ ਜਿਹੜੇ ਕੈਲੀਫੋਰਨੀਆ ਦੇ ਵਿੱਚ ਵੀ ਜਿਹੜੇ ਆ ਇਹ ਬਣਦੇ ਜਿਹੜੇ ਸੀਗੇ
ਜਿਸ ਦੇ ਲਈ ਵਿਸ਼ੇਸ਼ ਕਈ ਡੀ ਐਮ ਵੀ ਨਵੇਂ ਵੀ ਜਿਹੜੇ ਖੋਲ੍ਹੇ ਗਏ ਸੀ ਵੀ ਜਿਹੜੇ ਅਨਡਾਕੂਮੈਂਟਡ ਲੋਕ ਹੈਗੇ ਆ ਵੀ ਉਹਨਾਂ ਦੇ ਲਾਇਸੈਂਸ ਜਿਹੜੇ ਉਹ ਬਣਾਏ ਜਾਣਗੇ। ਇਸ ਤੋਂ ਪਹਿਲਾਂ ਹੋਰ ਵੀ ਕਈ ਸਿਟੀਜ਼ ਦੇ ਵਿੱਚ ਅਤੇ ਹੋਰ ਵੀ ਕਈ ਜਿਹੜੇ ਸੂਬਿਆਂ ਦੇ ਵਿੱਚ ਇੱਦਾਂ ਦੀ ਪੋਲਿਸੀਜ਼ ਜਿਹੜੀ ਆ ਉਹ ਬਣਾ ਕੇ ਰੱਖੀ ਹੋਈ ਸੀਗੀ। ਅਤੇ ਨਾਲ ਹੀ ਜਿਹੜਾ ਹਰਜੋਤ ਸਿੰਘ ਜੀ ਦੱਸਦੇ ਜਾਈਏ ਵੀ ਲਗਾਤਾਰ ਜਿਹੜੇ ਆਈਸ ਵੱਲੋਂ ਵੀ ਛੁੱਪ ਛੁੱਪ ਕੇ ਜਿਹੜੇ ਛਾਪੇਮਾਰੀਆਂ ਆ ਉਹ ਜਿਹੜੀਆਂ ਉਹ ਚੱਲ ਰਹੀਆਂ ਆ, ਉਹ ਹਰ ਦਿਨ ਕੋਈ ਨਾ ਕੋਈ ਜਿਹੜਾ ਬੰਦਾ ਆ ਉਸਨੂੰ ਜਿਹੜੇ ਮੁਲਕ ਤੋਂ ਬਾਹਰ ਜਿਹੜੇ ਫੜ ਕੇ ਉਹ ਕੱਢ ਰਹੇ ਨੇ। ਸੋ ਇੱਦਾਂ ਦੀਆਂ ਖਬਰਾਂ ਜਿਹੜੀਆਂ ਉਹ ਕਾਫੀ ਹੁਣ ਅੱਗੇ ਕਿਉਂਕਿ ਹੋ ਇੰਨੀਆਂ ਗਈਆਂ ਹਰਜੋਤ ਸਿੰਘ ਜੀ ਵੀ ਜਿਹੜੀਆਂ ਬਹੁਤੀਆਂ ਜਿਹੜੀਆਂ ਉਸ ਦੇ ਵਿੱਚ ਪਤਾ ਜਿਹੜਾ ਉਹ ਨਹੀਂ ਲੱਗਦਾ ਰਹਿੰਦਾ ਵੀ ਕਿੱਥੇ ਕਿੱਥੇ ਜਿਹੜੀ ਉਹ ਛਾਪੇਮਾਰੀ ਜਿਹੜੀ ਉਹ ਚੱਲ ਰਹੀ ਆ। ਅੱਗੇ ਛਾਪੇਮਾਰੀ ਜਦੋਂ ਹੁੰਦੀ ਸੀਗੀ ਚਾਰੇ ਪਾਸੇ ਤੜਥੱਲੀ ਜਿਹੜੀ ਉਹ ਮੱਚ ਜਾਂਦੀ ਸੀ, ਖਾਸ ਕਰਕੇ ਉਦੋਂ ਜਦੋਂ 7-Eleven ਦੇ ਬਹੁਤ ਸਾਰੇ ਸਟੋਰਾਂ ਦੇ ਉੱਤੇ ਪੂਰੇ ਹੀ ਜਿਹੜੇ ਆ ਮੁਲਕ ਦੇ ਵਿੱਚ ਜਿਹੜੀ ਉਹ ਛਾਪੇਮਾਰੀ ਹੋਈ ਸੀ। ਉਸ ਤੋਂ ਬਾਅਦ ਦੇ ਵਿੱਚ ਇੱਕ ਬਹੁਤ ਹੀ ਜ਼ਿਆਦਾ ਡਰ ਦਾ ਮਾਹੌਲ ਜਿਹੜਾ ਉਦੋਂ ਬਣ ਗਿਆ ਸੀਗਾ ਜੀ। ਅਤੇ ਅਗਲੀ ਹੋਰ ਵੱਲ ਚੱਲੀਏ ਜਿਹੜੀ ਅੱਜ ਆਪਾਂ ਪਹਿਲਾਂ ਹੀ ਆਪਾਂ ਸਾਰਿਆਂ ਨੇ ਸਰਦਾਰ ਸ਼ਹੀਦ ਕਰਤਾਰ ਸਿੰਘ ਸਰਾਭਾ ਹੋਣਾ ਦਾ ਸ਼ਹੀਦੀ ਦਿਨ ਵੀ ਆ। ਅੱਜ ਦੇ ਦਿਨ ਉਹਨਾਂ ਨੂੰ ਜਿਹੜੀ ਆ ਫਾਂਸੀ ਦਿੱਤੀ ਗਈ ਸੀ। ਕਰਤਾਰ ਸਿੰਘ ਸਰਾਭਾ ਹੋਣਾ ਦਾ ਜਨਮ 24 May 1896 ਨੂੰ ਹੋਇਆ ਸੀ ਅਤੇ 16 November 1915 ਨੂੰ ਜਿਹੜਾ ਆ ਉਹਨਾਂ ਨੂੰ ਫਾਂਸੀ ਦੇ ਦਿੱਤੀ ਗਈ। ਦੇਖੋ ਵੀ 19 ਸਾਲ ਕੁਛ ਮਹੀਨੇ ਦਾ ਇਹ ਨੌਜਵਾਨ ਸੀ, ਸਿੱਖ ਗਦਰ ਮੂਵਮੈਂਟ ਰੈਵੋਲਿਊਸ਼ਨਰੀ ਸੀ ਜਿਸ ਨੇ ਜਿਹੜਾ ਆ ਆਪਣੀ ਸ਼ਹਾਦਤ ਦਿੱਤੀ। ਸੋ ਆਪਾਂ ਪੰਜਾਬੀ ਰੇਡੀਓ USA ਦੀ ਪੂਰੀ ਟੀਮ ਵੱਲੋਂ ਉਹਨਾਂ ਦੀ ਸ਼ਹਾਦਤ ਨੂੰ ਸਲਾਮ ਕਰਦੇ ਹਾਂ ਅਤੇ ਸਾਨੂੰ ਜਿਹੜੇ ਇਸ ਤਰ੍ਹਾਂ ਦੇ ਸ਼ਹੀਦ ਹੈਗੇ ਆ ਉਹਨਾਂ ਨੂੰ ਜ਼ਰੂਰ ਯਾਦ ਰੱਖਣਾ ਚਾਹੀਦਾ ਹੈ। ਬਿਲਕੁਲ ਜੀ, ਤੂਫਾਨਾਂ ਦਾ ਸ਼ਾਹ ਅਫਸਾਰ ਅਸਵਾਰ ਜਿਹੜਾ ਆ ਸ਼ਹੀਦ ਕਰਤਾਰ ਸਿੰਘ ਸਰਾਭਾ, ਇਹ ਕਿਤਾਬ ਵੀ ਜਿਹੜੀ ਆ ਅਜਮੇਰ ਸਿੰਘ ਹੋਣਾ ਦੀ ਜਿਹੜੀ ਆ ਉਹ ਕਾਫੀ ਮਕਬੂਲ ਆ, ਕਾਫੀ ਲੋਕ ਉਸਨੂੰ ਜਿਹੜਾ ਉਹ ਪੜ੍ਹਦੇ ਵੀ ਆ। ਇੱਥੇ ਅਮੈਰੀਕਾ ਦੇ ਵਿੱਚ ਦੇਖੋ ਆਇਆ ਸੀਗਾ, ਪੜ੍ਹਦਾ ਵੀ ਸੀਗਾ, ਗਦਰ ਪਾਰਟੀ, ਸਟੋਕਟਨ ਗੁਰਦੁਆਰਾ ਘਰ, ਇੱਥੇ ਸਾਰੀਆਂ ਥਾਵਾਂ ਦੇ ਉੱਤੇ ਜਿਹੜਾ ਉਹ ਘੁੰਮ ਫਿਰ ਕੇ ਗਿਆ ਅਤੇ ਇੰਨੀ ਛੋਟੀ ਉਮਰ ਦੇ ਵਿੱਚ ਉਸਨੂੰ ਇਹ ਸੀਗਾ ਵੀ ਕਿਸ ਤਰੀਕੇ ਦੇ ਨਾਲ ਜਿੱਥੋਂ ਉਹ ਆਇਆ ਆ ਵੀ ਉਸ ਮੁਲਕ ਦੀ ਆਜ਼ਾਦੀ ਦੇ ਲਈ, ਆਪਣੀ ਜਿਹੜੀ ਕੌਮ ਦੀ ਆਜ਼ਾਦੀ ਦੇ ਲਈ ਉਹ ਕੁਛ ਕਰਨ। ਅਤੇ ਇੱਥੇ ਦੇਖੋ ਵੀ ਕਿੰਨੇ ਲੋਕਾਂ ਨੂੰ ਇਸ ਨੌਜਵਾਨ ਨੇ ਪ੍ਰੇਰਿਤ ਕੀਤਾ। ਅਤੇ ਇੱਥੋਂ ਬਾਅਦ ਦੇ ਵਿੱਚ ਜਿਹੜੇ ਗਦਰੀ ਬਾਬੇ ਜਿਹੜੇ ਉਹ ਮੁੜ ਕੇ ਉੱਥੇ ਗਏ ਅਤੇ ਉਹਨਾਂ ਨੇ ਉੱਥੇ ਆਜ਼ਾਦੀ ਦੇ ਵਿੱਚ ਕਿੱਡਾ ਵੱਡਾ ਜਿਹੜਾ ਉਹ ਯੋਗਦਾਨ ਪਾਇਆ। ਉਹ ਹੁਣ ਅੱਜ ਟਾਈਮ ਵੱਖਰੀ ਗੱਲ ਆ ਵੀ ਜਿਹੜਾ ਮੁਲਕ ਉਹਨਾਂ ਨੇ ਸੋਚਿਆ ਸੀਗਾ ਆਜ਼ਾਦ ਕਰਕੇ ਉਹ ਬਣੂਗਾ, ਵੀ ਉਹ ਉੱਥੇ ਜਿਹੜਾ ਕੁਛ ਹੋਰ ਹੀ ਜਿਹੜਾ ਇਸ ਟਾਈਮ ਚੱਲ ਰਿਹਾ ਆ, ਉੱਦਾਂ ਦੀ ਆਜ਼ਾਦੀਆਂ ਜਿਹੜੀਆਂ ਆ ਉਹ ਰਹਿ ਗਈਆਂ, ਇਹ ਜਿਹੜੀਆਂ ਜਾਨਾਂ ਨਿਸ਼ਾਵਰ ਕਰਦੇ ਰਹਿ ਗਏ ਅਤੇ ਪਿੱਛੋਂ ਫਿਰ ਜਿਹੜਾ ਉਹੀ ਕੁਛ ਜਿਹੜਾ ਫਿਰ ਹੋਈ ਜਾ ਰਿਹਾ ਲੋਕਾਂ ਦੇ ਉੱਤੇ, ਮਾਈਨੋਰਟੀਜ਼ ਦੇ ਉੱਤੇ, ਉੱਥੇ ਫਿਰ ਧੱਕਾ ਲਗਾਤਾਰ ਜਾਰੀ ਹੈਗਾ ਆ ਜੀ। ਸੋ ਬਿਲਕੁਲ ਸਾਨੂੰ ਸ਼ਹੀਦਾਂ ਨੂੰ ਬਿਲਕੁਲ ਯਾਦ ਕਰਨਾ ਚਾਹੀਦਾ ਹਰ ਪ੍ਰੋਗਰਾਮਾਂ ਦੇ ਵਿੱਚ ਜਿੱਥੇ ਵੀ ਮਿਲਦੇ ਹੈਗੇ ਬੱਚਿਆਂ ਨੂੰ ਜ਼ਰੂਰ ਜਿਹੜਾ ਆ ਗੁਰੂ ਘਰਾਂ ਦੇ ਵਿੱਚ ਜਿਹੜੇ ਸ਼ਹੀਦ ਹੈਗੇ ਆ ਸਰਦਾਰ ਕਰਤਾਰ ਸਿੰਘ ਸਰਾਭਾ ਉਹਨਾਂ ਦੀ ਸ਼ਹਾਦਤ ਬਾਰੇ ਦੱਸਣਾ ਚਾਹੀਦਾ ਹੈਗਾ ਜੀ। ਅਤੇ ਅਗਲੀ ਜਿਹੜੀ ਹਰਜੋਤ ਸਿੰਘ ਜੀ ਆਪਾਂ ਹੁਣ ਵੀਜ਼ਾ ਬੁਲੇਟਿਨ ਦੇ ਬਾਰੇ ਜਿਹੜੀ ਉਹ ਜਾਣਕਾਰੀ ਆਪਣੇ ਸਰੋਤਿਆਂ ਨੂੰ ਦਿੰਦੇ ਹਾਂ ਕਿ ਕੁਛ ਕਿਹੜੀਆਂ ਤਰੀਕਾਂ ਜਿਹੜੀਆਂ ਉਹ ਚੱਲ ਰਹੀਆਂ ਆ। ਸੋ ਦੋ ਵੱਖੋ ਵੱਖਰੀਆਂ ਤਰੀਕਾਂ ਤੁਹਾਨੂੰ ਦੱਸਾਂਗੇ, ਇੱਕ ਜਿਹਨਾਂ ਦੀ ਇੰਟਰਵਿਊ ਦੀ ਤਰੀਕ ਆਈ ਆ ਅਤੇ ਇੱਕ ਜਿਹਨਾਂ ਨੂੰ ਜਿਹੜੇ ਕਾਗਜ਼ ਪੱਤਰ ਜਿਹੜੇ ਆ ਵੀਜ਼ਾ ਸੈਂਟਰ ਦੇ ਦੁਆਰਾ ਜਿਹੜਾ ਆ ਉਹ ਜਾਰੀ ਕਰਨ ਦੇ ਲਈ ਉਹ ਦੇਣ ਦੇ ਲਈ ਜਿਹੜਾ ਉਹ ਆਖਿਆ ਗਿਆ ਆ। ਸੋ ਸਭ ਤੋਂ ਪਹਿਲਾਂ ਜੇ ਦੱਸ ਜਾਈਏ ਵੀ ਜਿਹਨਾਂ ਦੀ ਇੰਟਰਵਿਊ ਦੀਆਂ ਤਰੀਕਾਂ ਜਿਹੜੀਆਂ ਚੱਲ ਰਹੀਆਂ ਨੇ, F1 ਕੈਟੇਗਰੀ ਦੇ ਵਿੱਚ ਜਿਹੜੇ ਕਿ US ਸਿਟੀਜ਼ਨ ਦੇ ਲਈ ਹੁੰਦੇ ਆ, ਜਿਹਨਾਂ ਦੇ ਜਿਹੜੇ ਕੁਆਰੇ ਮੁੰਡੇ ਕੁੜੀਆਂ ਆ ਉਹਨਾਂ ਦੇ ਲਈ ਇੰਡੀਆ ਦੇ ਹਿਸਾਬ ਦੇ ਨਾਲ ਜਿਹੜੀ ਤਰੀਕ ਆ 1 March 2013 ਜਿਹੜੀ ਉਹ ਚੱਲ ਰਹੀ ਆ। F2A ਕੈਟੇਗਰੀ ਪਰਮਾਨੈਂਟ ਰੈਜੀਡੈਂਟਸ ਦੇ ਜਿਹੜੇ ਆ ਘਰ ਵਾਲੀ ਆ ਉਹਨਾਂ ਦੇ ਜਿਹੜੇ ਬੱਚੇ ਆ ਉਹਨਾਂ ਦੇ ਲਈ ਕਰੰਟ ਜਿਹੜੀ ਡੇਟ ਆ ਉਹ ਚੱਲ ਰਹੀ ਆ। F2B ਜਿਹੜੀ ਕੈਟੇਗਰੀ ਆ ਪਰਮਾਨੈਂਟ ਰੈਜੀਡੈਂਟ ਉਹਨਾਂ ਦੇ ਕੁਆਰੇ ਮੁੰਡੇ ਕੁੜੀਆਂ ਜਿਨ੍ਹਾਂ ਦੀ ਉਮਰ 21 ਸਾਲ ਤੋਂ ਵਧੇਰੇ ਹੈਗੀ ਆ ਉਹਨਾਂ ਦੇ ਲਈ 8 July 2014 ਜਿਹੜੀ ਉਹ ਚੱਲ ਰਹੀ ਆ। F3 ਜਿਹੜੀ ਕੈਟੇਗਰੀ ਆ US ਸਿਟੀਜ਼ਨ ਦੇ ਵਿਆਹੇ ਮੁੰਡੇ ਕੁੜੀਆਂ ਉਹਨਾਂ ਦੇ ਲਈ ਤਰੀਕ ਜਿਹੜੀ ਆ 15 October 2007 ਜਿਹੜੀ ਚੱਲ ਰਹੀ ਆ। F4 ਕੈਟੇਗਰੀ US ਸਿਟੀਜ਼ਨ ਦੇ ਭੈਣ ਭਰਾ ਉਹਨਾਂ ਦੇ ਲਈ ਤਰੀਕ ਜਿਹੜੀ ਆ 15 October 2004 ਜਿਹੜੀ ਉਹ ਚੱਲ ਰਹੀ ਹੈਗੀ ਆ। ਇਹ ਜਿਨ੍ਹਾਂ ਦੀਆਂ ਇੰਟਰਵਿਊ ਦੀਆਂ ਤਰੀਕਾਂ ਆਈਆਂ ਆ। ਸੋ ਇਸੇ ਤਰੀਕੇ ਦੇ ਨਾਲ F1 ਕੈਟੇਗਰੀ ਜਿਨ੍ਹਾਂ ਨੂੰ ਹੁਣ ਕਾਗਜ਼ ਪੱਤਰ ਜਿਹੜੇ ਜਮ੍ਹਾਂ ਕਰਾਉਣ ਦੇ ਲਈ ਆਖਿਆ ਜਾ ਰਿਹਾ ਆ ਉਹ F1 ਕੈਟੇਗਰੀ ਦੇ ਵਿੱਚ 1 September 2013 ਤਰੀਕ ਚੱਲ ਰਹੀ ਆ। F2A ਕੈਟੇਗਰੀ ਆ 1 September 2019 ਤਰੀਕ ਚੱਲ ਰਹੀ ਆ।
ਐਫ 2 ਬੀ ਜਿਹੜੀ ਕੈਟੇਗਰੀ ਆ 8 January 2015 ਤਰੀਕ ਚੱਲ ਰਹੀ ਆ, ਐਫ 3 ਕੈਟੇਗਰੀ ਜਿਹੜੀ 15 April 2008 ਤਰੀਕ ਚੱਲ ਰਹੀ ਆ, ਐਫ 4 ਕੈਟੇਗਰੀ 15 June 2005 ਤਰੀਕ ਜਿਹੜੀ ਚੱਲ ਰਹੀ ਆ। ਰਿਲੀਜੀਅਸ ਵੀਜ਼ੇ ਵਾਲਿਆਂ ਦੇ ਲਈ ਜਿਹੜੀ ਆ ਉਹ ਕਰੰਟ ਚੱਲ ਰਹੀ ਆ, ਇੰਟਰਵਿਊ ਵਾਲੀ ਵੀ ਅਤੇ ਜਮ੍ਹਾਂ ਕਰਾਉਣ ਵਾਲੀ ਵੀ ਜਿਹੜੇ ਕਾਗਜ਼ ਪੱਤਰ ਆ। ਸੋ ਪ੍ਰੋਸੈਸਿੰਗ ਟਾਈਮ ਦੇ ਉੱਤੇ ਜੇ ਨਜ਼ਰ ਮਾਰਦੇ ਜਾਈਏ ਕਿਹੜੀ ਕਿਹੜੀ ਕੈਟੇਗਰੀ ਦੇ ਵਿੱਚ, ਕੈਲੀਫੋਰਨੀਆ ਸਰਵਿਸ ਸੈਂਟਰ ਦੇ ਵਿੱਚ I-130 ਜਿਹੜਾ ਕਿ ਏਲੀਅਨ ਰਿਲੇਟਿਵ ਦੇ ਲਈ ਜਿਹੜੀ ਪਟੀਸ਼ਨ ਪਾਈ ਜਾਂਦੀ ਆ ਉਸ ਦੇ ਲਈ ਕੀ ਚੱਲ ਰਿਹਾ ਆ। ਰਿਸਿਪਟ ਡੇਟ ਜਿਹੜੀ ਉਹ ਤੁਹਾਨੂੰ ਦੱਸਾਂਗੇ ਅਤੇ ਕਿੰਨਾ ਜਿਹੜਾ ਟਾਈਮ ਰੇਂਜ ਅਨੁਮਾਨਿਤ ਜਿਹੜਾ ਹੋਵੇਗਾ। ਪਰਮਾਨੈਂਟ ਰੈਜੀਡੈਂਟ ਗ੍ਰੀਨ ਕਾਰਡ ਵਾਲੇ ਜਿਨ੍ਹਾਂ ਨੇ ਆਪਣੇ ਘਰ ਵਾਲਾ, ਘਰ ਵਾਲੀ, ਸਪਾਊਸ ਦੇ ਲਈ ਅਤੇ ਜਾਂ ਜਿਹੜੇ ਆਪਣੇ ਬੱਚੇ ਜਿਨ੍ਹਾਂ ਦੀ ਉਮਰ 21 ਸਾਲ ਤੋਂ ਘੱਟ ਆ ਉਹਨਾਂ ਦੇ ਲਈ 17 July 2018 ਰਿਸਿਪਟ ਡੇਟ ਹੈਗੀ ਆ। 12 to 16 months ਦਾ ਜਿਹੜਾ ਉਸ ਦੇ ਵਿੱਚ ਵੇਟ ਪੀਰੀਅਡ ਆ। US ਸਿਟੀਜ਼ਨ ਜਿਨ੍ਹਾਂ ਦੇ ਕੁਆਰੇ ਮੁੰਡੇ ਕੁੜੀ ਜਿਨ੍ਹਾਂ ਦੀ ਉਮਰ 21 ਸਾਲ ਤੋਂ ਵੱਧ ਆ ਉਹਨਾਂ ਦੇ ਲਈ ਰਿਸਿਪਟ ਡੇਟ 16 October 2014 ਹੈ। 48 to 62 months ਦਾ ਜਿਹੜਾ ਉਸ ਦੇ ਵਿੱਚ ਵੇਟ ਪੀਰੀਅਡ ਹੈ। ਪਰਮਾਨੈਂਟ ਰੈਜੀਡੈਂਟ ਜਿਨ੍ਹਾਂ ਨੇ ਆਪਣੇ ਕੁਆਰੇ ਮੁੰਡੇ ਕੁੜੀ ਦੇ ਲਈ ਅਪਲਾਈ ਕੀਤਾ ਉਮਰ 21 ਸਾਲ ਤੋਂ ਵੱਧ ਆ ਉਹਨਾਂ ਦੇ ਲਈ ਰਿਸਿਪਟ ਡੇਟ 4 July 2014 ਹੈ ਅਤੇ ਵੇਟਿੰਗ ਪੀਰੀਅਡ 50 to 65 months ਤੱਕ ਦਾ ਜਿਹੜਾ ਉਹ ਚੱਲ ਰਿਹਾ ਆ। US ਸਿਟੀਜ਼ਨ ਜਿਨ੍ਹਾਂ ਨੇ ਆਪਣੇ ਵਿਆਹੇ ਮੁੰਡੇ ਕੁੜੀ ਦੇ ਲਈ ਅਪਲਾਈ ਕੀਤਾ ਹੈ ਉਮਰ 21 ਸਾਲ ਤੋਂ ਵੱਧ ਆ 6 June 2010 ਜਿਹੜੀ ਆ ਉਹਨਾਂ ਦੇ ਲਈ ਤਰੀਕ ਚੱਲ ਰਹੀ ਆ ਰਿਸਿਪਟ ਡੇਟ ਆ ਅਤੇ 88 to 115 months ਦਾ ਉਸ ਦੇ ਵਿੱਚ ਵੇਟ ਪੀਰੀਅਡ ਆ। US ਸਿਟੀਜ਼ਨ ਜਿਨ੍ਹਾਂ ਨੇ ਭੈਣ ਭਰਾ ਦੇ ਲਈ ਅਪਲਾਈ ਕੀਤਾ ਆ 20 March 2009 ਰਿਸਿਪਟ ਡੇਟ ਆ 100 to 130 months ਦਾ ਜਿਹੜਾ ਇਸ ਦੇ ਵਿੱਚ ਵੇਟ ਪੀਰੀਅਡ ਆ ਹਰਜੋਤ ਸਿੰਘ ਜੀ ਉਹ ਚੱਲ ਰਿਹਾ ਹੈਗਾ ਆ। ਸੋ ਇਸੇ ਤਰੀਕੇ ਦੇ ਨਾਲ ਜਿਹੜੇ ਆਪਾਂ ਤੁਹਾਨੂੰ ਦੱਸਦੇ ਜਾਈਏ ਵੀ ਵੱਖ ਵੱਖ ਥਾਵਾਂ ਦੇ ਉੱਤੇ ਜਿਹੜਾ N-400 ਜਿਹੜਾ ਨੈਚੁਰਲਾਈਜੇਸ਼ਨ ਆ ਉਸ ਦੇ ਲਈ ਜਿਹੜਾ ਸਮਾਂ ਕੀ ਚੱਲ ਰਿਹਾ ਆ। ਸੈਕਰਾਮੈਂਟੋ ਇਲਾਕੇ ਦੇ ਵਿੱਚ 9 to 13 months ਦਾ ਜਿਹੜਾ ਆ ਉਹ ਵੇਟ ਪੀਰੀਅਡ ਉਹ ਚੱਲ ਰਿਹਾ ਹੈਗਾ ਆ। ਸੋ ਇਹ ਸਾਰੇ ਜਿਹੜੇ ਆਪਾਂ ਉਹ ਦੇਖਦੇ ਜਿਹੜੇ ਜਾਂਦੇ ਹਾਂ ਸੈਨ ਫਰਾਂਸਿਸਕੋ ਦੇ ਵਿੱਚ ਜਿਹੜਾ ਉਸ ਦੇ ਵਿੱਚ ਸਮਾਂ ਜਿਹੜਾ 14 to 17 months ਦਾ ਜਿਹੜਾ ਆ ਉਹ ਚੱਲ ਰਿਹਾ ਹੈਗਾ ਆ। ਇਸੇ ਤਰੀਕੇ ਦੇ ਨਾਲ ਸੈਨ ਹੋਜ਼ੇ ਦੇ ਵਿੱਚ ਵੀ ਜਿਹੜਾ ਆ ਸਾਲ ਦਾ ਜਿਹੜਾ ਐਵਰੇਜ ਆ 8.5 months ਤੋਂ ਲੈ ਕੇ ਜਿਹੜੇ 12 months ਤੱਕ ਦਾ ਜਿਹੜਾ ਉਹ ਵੇਟ ਪੀਰੀਅਡ ਆ ਉੱਥੇ ਜਿਹੜਾ ਹੈਗਾ ਆ ਜਿਹਨੇ ਜਿਹੜਾ US ਦੇ ਲਈ ਸਿਟੀਜ਼ਨਸ਼ਿਪ ਜਿਹੜੀ ਉਹ ਦੇ ਲਈ ਅਪਲਾਈ ਕੀਤਾ ਆ। ਅਤੇ ਫਰੈਜ਼ਨੋ ਦੇ ਵਿੱਚ 5 to 8 months ਦਾ ਜਿਹੜਾ ਉੱਥੇ ਜਿਹੜਾ ਵੇਟ ਪੀਰੀਅਡ ਉਹ ਚੱਲ ਰਿਹਾ। ਸੋ ਤੁਸੀਂ ਵੀ ਇਹ ਸਾਰੇ ਜਾਣੇ ਜਿਹੜੀ ਇਹ ਜਾਣਕਾਰੀ ਆ ਖੁਦ ਵੀ ਤੁਸੀਂ ਪ੍ਰਾਪਤ ਕਰ ਸਕਦੇ ਹੋ USCIS ਦੀ ਜਿਹੜੀ ਆ ਵੈਬਸਾਈਟ ਦੇ ਉੱਤੇ ਜਾ ਕੇ ਕੇਸ ਪ੍ਰੋਸੈਸਿੰਗ ਟਾਈਮਸ ਜਿਹੜੇ ਅਨੁਮਾਨਿਤ ਜਿਹੜੇ ਹੁੰਦੇ ਆ ਉਸ ਨੂੰ ਦੇਖਦੇ ਹੋਏ। ਬਾਕੀ ਜੇ ਯੂ ਵੀਜ਼ੇ ਦੇ ਬਾਰੇ ਜੇ ਆਪਾਂ ਤੁਹਾਨੂੰ ਜਾਣਕਾਰੀ ਦਿੰਦੇ ਜਾਈਏ ਉਹਨਾਂ ਦੀ ਪਟੀਸ਼ਨ ਦਾ ਕਿੱਦਾਂ ਜਿਹੜਾ ਚੱਲ ਰਿਹਾ ਆ। ਜਿਹੜਾ ਨਬਰਾਸਕਾ ਸਰਵਿਸ ਸੈਂਟਰ ਦੇ ਵਿੱਚ 56 months ਦਾ ਜਿਹੜਾ ਘੱਟੋ ਘੱਟ ਜਿਹੜਾ ਵੇਟ ਪੀਰੀਅਡ ਉੱਥੇ ਹੈਗਾ ਆ। ਰਿਸਿਪਟ ਡੇਟ ਉੱਥੇ 4 April 2015 ਦੀ ਚੱਲ ਰਹੀ ਹੈ ਜੀ। ਬਿਲਕੁਲ, ਸਾਡਾ ਸਮਾਂ ਵੀ ਸਮਾਪਤ ਆ ਅਤੇ ਜਾਂਦੇ ਜਾਂਦੇ ਆਪਾਂ ਰਾਜਕਨਵੀਰ ਸਿੰਘ ਜੀ ਇੱਕ ਸਿਆਟਲ ਦੀ ਖਬਰ ਸਾਂਝੀ ਕਰਨੀ ਆ। ਕੱਲ੍ਹ ਅਮਰੀਕਾ ਦੇ ਸ਼ਹਿਰ ਜਿਹੜਾ ਟਕੋਮਾ ਆ ਸਿਆਟਲ ਦੇ ਲਾਗੇ ਉੱਥੇ ਇੱਕ ਟਰੱਕ ਡਰਾਈਵਰ ਦੀ ਅਤੇ ਇੱਕ ਕਾਰ ਚਾਲਕ ਦੀ ਆਪਸ ਦੇ ਵਿੱਚ ਬਹਿਸ ਹੋ ਗਈ ਅਤੇ ਜਿਹਦੇ 'ਤੇ ਕਾਰ ਵਾਲੇ ਨੇ ਟਰੱਕ ਦੇ ਉੱਤੇ ਗੋਲੀਆਂ ਚਲਾਤੀਆਂ, ਕਾਫੀ ਗੋਲੀਆਂ ਚਲਾਈਆਂ ਪਰ ਟਰੱਕ ਵਾਲੇ ਦਾ ਬਚਾਅ ਹੋ ਗਿਆ। ਸੋ ਪਲੀਜ਼ ਜਿੰਨੇ ਵੀ ਆਪਣੇ ਟਰੱਕਾਂ ਵਾਲੇ ਵੀਰ ਭੈਣ ਹੈਗੇ ਆ ਬਹਿਸ ਤੋਂ ਬਚੋ, ਰੋਡ ਰੇਜ ਜਿਹੜੀ ਆ ਇਹ ਤੋਂ ਬਚਣਾ ਚਾਹੀਦਾ। ਈਵਨ ਜਿਹੜੇ ਰੈਗੂਲਰ ਵੀ ਰੋਡ ਦੇ ਉੱਤੇ ਜਾਂਦੇ ਆ ਅੱਜ ਕੱਲ੍ਹ ਲੋਕਾਂ ਦੇ ਕੋਲ ਜਿਹੜਾ ਟੈਂਪਰ ਆ ਉਹ ਬੜਾ ਛੇਤੀ ਲੂਜ਼ ਹੋ ਜਾਂਦਾ ਹੈਗਾ। ਅਤੇ ਦੂਸਰਾ ਜਿਹੜੇ ਖਾਸ ਕਰਕੇ ਕੈਨੇਡੀਅਨ ਟਰੱਕਰ USA ਦੇ ਵਿੱਚ ਆਉਂਦੇ ਆ ਕਿਉਂਕਿ USA ਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਪਤਾ ਵੀ ਜਿਹੜੇ ਕੈਨੇਡਾ ਵਾਲੇ ਟਰੱਕਰਸ ਆ ਉਹ ਗੰਨ ਵਗੈਰਾ ਨਹੀਂ ਰੱਖਦੇ ਆਪਣੇ ਕੋਲ ਕਿਉਂਕਿ ਕੈਨੇਡਾ ਦੇ ਵਿੱਚ ਗੰਨ ਓਨ ਕਰਨੀ ਬੜੀ ਹਾਰਡ ਆ। USA ਦੇ ਵਿੱਚ ਬਹੁਤ ਸਾਰਿਆਂ ਨੇ ਕੋਲ ਰੱਖੀ ਹੁੰਦੀ ਆ ਇਸ ਕਰਕੇ ਕੋਈ ਉਹਨਾਂ ਨਾਲ ਸ਼ਰਾਰਤ ਨਹੀਂ ਕਰਦਾ। ਸੋ ਕੈਨੇਡੀਅਨ ਜਿਹੜੇ ਆ ਉਹਨਾਂ ਨੂੰ ਪਤਾ ਹੈਗਾ ਜਿਹੜੇ ਕੋਈ ਸ਼ਰਾਰਤੀ ਬੰਦੇ ਆ ਵੀ ਇਹਨਾਂ ਦੇ ਕੋਲ ਕਿਸੇ ਤਰ੍ਹਾਂ ਦਾ ਕੋਈ ਬਚਾਅ ਕਰਨ ਲਈ ਹਥਿਆਰ ਨਹੀਂ ਅਤੇ ਉਹ ਉਹਨਾਂ ਨਾਲ ਕੋਈ ਪੰਗਾ ਵੀ ਲੈ ਸਕਦੇ ਆ। ਸੋ ਬਿਲਕੁਲ ਬੜੇ ਧਿਆਨ ਦੇ ਨਾਲ ਜਿਹੜਾ ਤੁਹਾਨੂੰ ਚੱਲਣਾ ਚਾਹੀਦਾ ਹੈਗਾ ਆ ਕਿਸੇ ਦੇ ਨਾਲ ਜਿਹੜੀ ਬਹਿਸ ਵਗੈਰਾ ਨਾ ਚੱਲੋ ਕਰੋ। ਕੋਈ ਨਹੀਂ ਜੇ 2 ਮਿੰਟ ਲੇਟ ਵੀ ਹੋ ਗਿਆ ਉਹ ਕੋਈ ਫਰਕ ਨਹੀਂ, ਹੁਣ ਦੇਖੋ ਜੇ ਕਿਤੇ ਗੋਲੀਆਂ ਡਰਾਈਵਰ ਦੇ ਲੱਗ ਜਾਂਦੀਆਂ ਤਾਂ ਉਹਦੀ ਮੌਤ ਹੋ ਜਾਣੀ ਸੀ ਜੀ। ਜੀ ਅਤੇ ਜਾਂਦੇ ਜਾਂਦੇ ਇੱਕ ਜਿਹੜਾ ਹਰਜੋਤ ਸਿੰਘ ਜੀ ਇੱਕ ਖਬਰ ਜਿਹੜੀ ਸਾਂਝੇ ਕਰਦੇ ਜਾਂਦੇ ਆ, ਸੈਨ ਡੀਏਗੋ ਦਾ ਇੱਕ ਜਿਹੜਾ ਆ ਭਾਰਤੀ ਮੂਲ ਦਾ ਜਿਹੜਾ ਬੰਦਾ ਆ ਉਸ ਡਾਕਟਰ ਜਿਹੜਾ ਆ ਉਸ ਨੂੰ ਗਿਲਟੀ ਜਿਹੜਾ ਦੋਸ਼ੀ ਪਾਇਆ ਗਿਆ ਉਸਨੇ US ਡਿਪਾਰਟਮੈਂਟ ਆਫ ਵੈਟਰਨ ਅਫੇਅਰਸ ਆ
ਉਸ ਨੂੰ $29 million ਦਾ ਜਿਹੜਾ ਚੂਨਾ ਜਿਹੜਾ ਉਸਨੇ ਲਾਇਆ। ਨਿਮੇਸ਼ ਸ਼ਾਹ 36 ਸਾਲ ਇਸ ਦੀ ਜਿਹੜੀ ਉਮਰ ਹੈਗੀ ਆ। ਬਲੂ ਸਟਾਰ ਲਰਨਿੰਗ ਦਾ ਜਿਹੜਾ ਇਹ ਓਨਰ ਸੀਗਾ ਅਤੇ ਇਸਨੇ ਜਿਹੜਾ ਇਹ ਹੁਣ ਮੰਨਿਆ ਆ ਵੀ ਉਹਨੇ ਵੈਟਰਨ ਅਫੇਅਰਸ ਆ ਉਸ ਨੂੰ $29 million ਦਾ ਜਿਹੜਾ ਉਹ ਚੂਨਾ ਲਾਇਆ ਆ ਪੋਸਟ 9/11 GI Bill ਬੈਨੀਫਿਟਸ ਦੇ ਅਧੀਨ। ਇਸ ਬਿੱਲ ਦੇ ਅਧੀਨ ਜਿਹੜੇ ਕਹਿੰਦੇ ਐਲੀਜੀਬਲ ਇੰਡੀਵਿਜੁਅਲ ਆ ਉਹਨਾਂ ਨੂੰ ਐਜੂਕੇਸ਼ਨ ਰਿਲੇਟਡ ਐਕਸਪੈਂਸ ਜਿੱਦਾਂ ਟਿਊਸ਼ਨ ਅਤੇ ਹਾਊਸਿੰਗ ਦੇ ਵਿੱਚ ਉਹ ਅਸਿਸਟੈਂਸ ਇਸ ਬਿੱਲ ਦੇ ਜ਼ਰੀਏ ਮਿਲਦੀ ਸੀ ਅਤੇ ਇਸ ਨੇ ਜਿਹੜਾ ਡੀ ਫਰੋਡ ਜਿਹੜਾ ਉਸਨੇ ਉਹ ਕੀਤਾ ਆ। ਡਿਪਾਰਟਮੈਂਟ ਨੇ ਇਸ ਨੂੰ 11 million ਦੀ ਰਾਸ਼ੀ ਜਿਹੜੀ ਆ ਟਿਊਸ਼ਨ ਦੀਆਂ ਪੇਮੈਂਟਸ ਦੇ ਵਿੱਚ ਜਿਹੜਾ ਇਹਨੇ ਆਪਣਾ ਸੋ ਕਾਲ ਟ੍ਰੇਨਿੰਗ ਸੈਂਟਰ ਚਲਾਇਆ ਸੀ ਉਹ ਅਤੇ $18 million ਜਿਹੜਾ ਉਸਨੇ ਹਾਊਸਿੰਗ ਅਲਾਇੰਸ ਅਤੇ ਸਟਾਈਪਮੈਂਟ ਦੇ ਵਜੋਂ ਜਿਹੜਾ ਆ ਉਸਨੂੰ ਉਹ ਜਿਹੜਾ ਉਹ ਜਾਰੀ ਕੀਤੇ ਸੀਗੇ। ਤੁਸੀਂ ਦੇਖੋ ਵੀ ਕਿਸ ਤਰੀਕੇ ਦੇ ਨਾਲ ਇਹ ਆ ਕੇ ਇਸਨੇ ਇਸ ਮੁਲਕ ਨੂੰ ਕਿਸ ਤਰੀਕੇ ਦੇ ਨਾਲ ਚੂਨਾ ਲਾਇਆ ਅਤੇ ਉਹਨਾਂ ਲੋਕਾਂ ਦੇ ਨਾਲ ਜਿਹੜਾ ਧੋਖਾ ਕੀਤਾ, ਉਹਨਾਂ ਲੋਕਾਂ ਨੂੰ ਡੀਫਰੋਡ ਕੀਤਾ ਜਿਨ੍ਹਾਂ ਨੇ ਆਪਣੀ ਜਿਹੜੀ ਜਾਨ ਆ ਇਸ ਮੁਲਕ ਦੇ ਲਈ ਜਿਹੜੀ ਆ ਉਹ ਲਾ ਦਿੱਤੀ ਆ। ਇਸ ਦੀ ਜਿਹੜੀ ਵਾਈਫ ਹੈਗੀ ਨਿਧੀ ਸ਼ਾਹ 34 ਸਾਲ ਜਿਸ ਦੀ ਉਮਰ ਆ, ਉਸਨੇ ਵੀ ਇਹਨਾਂ ਦੋਸ਼ਾਂ ਨੂੰ ਜਿਹੜਾ ਹੁਣ ਕਬੂਲ ਕਰ ਲਿਆ ਹੈਗਾ ਆ। ਸੋ ਦੇਖਦੇ ਹਾਂ ਵੀ ਹੁਣ ਕੀ ਬਣੂਗਾ। ਅਤੇ ਇਹ ਇੱਕ ਪਲੀ ਐਗਰੀਮੈਂਟ ਵੈਸੇ ਜਿਹੜਾ ਇਸਨੇ ਆਲਰੇਡੀ ਪ੍ਰੋਸੀਕਿਊਟਰਸ ਦੇ ਨਾਲ ਜਿਹੜਾ ਉਹ ਕਰ ਲਿਆ ਸੀਗਾ। ਜੀ, ਅਤੇ ਹੁਣ ਆਪਾਂ ਜਿਹੜਾ ਇਜਾਜ਼ਤ ਲੈਂਦੇ ਹਰਜੋਤ ਸਿੰਘ ਜੀ, ਇੱਥੇ ਹੀ ਜਿਹੜਾ ਆ ਉਹ ਜਿਹੜਾ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨ ਕੀ ਜਿਹੀ ਸਤਿ ਯੂਨੀਵਰਸਿਟੀ ਰੋਹਾਸ ਦੇ ਖਿਆਲ ਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਚੀਨਾ ਜਿਊਲਰਸ ਵੱਲੋਂ ਥੈਂਕਸਗਿਵਿੰਗ ਅਤੇ ਬਲੈਕ ਫਰਾਈਡੇ ਤੇ 10